ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਮੇ ਸਮੇ ਦੇ ਉਪਰ ਆਪ ਗੁਰਮੁਖਾਂ ਦੇ ਨਾਲ ਸਾਂਝ ਆਪਾਂ ਕਰਦੇ ਆਂ ਤੇ ਅੱਜ ਖਾਸ ਤੌਰ ਦੇ ਉਪਰ ਜਿਹੜੀਆਂ ਬੇਨਤੀਆਂ ਲੈ ਕਰਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਰਹੇ ਆਂ ਸੋ ਤੁਸੀਂ ਜਾਣਦੇ ਹੋ ਵੀ ਕਾਫੀ ਮਹੀਨਿਆਂ ਤੋਂ ਕਿਸਾਨਾਂ ਵੱਲੋਂ ਬੜੇ ਵੱਡੇ ਪੱਧਰ ਦੇ ਉਪਰ ਖੇਤੀ ਬਿੱਲਾਂ ਨੂੰ ਲੈ ਕਰਕੇ ਜਿਹੜਾ ਮੋਰਚਾ ਲੱਗਾ ਹੋਇਆ ਤੇ ਮੌਜੂਦਾ ਸਮੇਂ ਦੇ ਵਿੱਚ ਵੀ ਜਦੋਂ ਆਪਾਂ ਗੱਲਬਾਤ ਸਾਂਝੀ ਕਰ ਰਹੇ ਆਂ ਤੇ ਦਿੱਲੀ ਨੂੰ ਘੇਰਾ ਪਾ ਕੇ ਜਿਹੜਾ ਚਾਰਛਫੇਰੇ ਤੋਂ ਵੱਖੋ-ਵੱਖਰੇ ਥਾਵਾਂ ਦੇ ਉੱਪਰ ਕਿਸਾਨ ਜਥੇਬੰਦੀਆਂ ਕਿਸਾਨ ਆਗੂ ਤੇ ਨੌਜਵਾਨ ਵੀਰ ਭੈਣ ਭਰਾ ਬਜ਼ੁਰਗ ਸਾਰੇ ਬੈਠੇ ਹੋਏ ਆ ਤੇ ਖਾਸ ਤੌਰ ਦੇ ਉੱਪਰ ਰੋਜ਼ਾਨਾ ਦੀਆਂ ਨਿਤ ਦੀਆਂ ਖਬਰਾਂ ਆਪਾਂ ਨੂੰ ਜਿਹੜੀਆਂ ਨੇ ਉਹ ਸਿੰਘੂ ਬਾਰਡਰ ਤੋਂ ਕੁੰਡਲੀ ਬਾਰਡਰ ਤੋਂ ਤੇ ਦੂਸਰੇ ਜਿਹੜੇ ਸਥਾਨਾਂ ਦੇ ਉੱਪਰ ਮੋਰਚੇ ਲੱਗੇ ਹੋਏ ਭਾਵੇਂ ਰਾਜਸਥਾਨ ਵਾਲਾ ਪਾਸਾ ਤੇ ਦੂਜੇ ਪਾਸੇ ਨੇ ਉਹਨਾਂ ਸਟੇਜਾਂ ਤੋਂ ਜਦੋਂ ਵੀ ਕੋਈ ਵੀ ਗੱਲ ਆਉਂਦੀ ਹੈ ਜਾਂ ਕੋਈ ਵੀ ਬੁਲਾਰਾ ਜਿਹੜਾ ਬੋਲਦਾ ਤੇ ਉਹ মিডিਆ ਦੇ ਰਾਹੀਂ ਆਪਣੇ ਤੱਕ ਸਾਰੀ ਜਾਣਕਾਰੀ ਪਹੁੰਚਦੀ ਹੈ ਤੇ ਸੋਸ਼ਲ ਮੀਡੀਆ ਦੇ ਰਾਹੀਂ ਵੀ ਜਿਹੜੀ ਸਾਰੀ ਗੱਲਬਾਤ ਉਹ ਆਪਣੇ ਤੱਕ ਪਹੁੰਚਦੀ ਹੈ ਤੇ ਖਾਸ ਗੱਲ ਉਹਦੇ ਵਿੱਚ ਉਹ ਇਹ ਰਹੀ ਹੈ ਕਿ ਬਹੁਤਾਤ ਜਿਹੜੀ ਗਿਣਤੀ ਹੈ ਉਹਦੇ ਵਿੱਚ ਸੰਘਰਸ਼ ਦੇ ਵਿੱਚ ਉਹ ਲੋਕ ਜੁੜੇ ਹੋਏ ਨੇ ਜਿਹੜੇ ਸਿੱਖੀ ਸਿਧਾਂਤ ਨੂੰ ਮੰਨਣ ਵਾਲੇ ਨੇ ਭਾਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਣ ਵਾਲੇ ਤੇ ਗੁਰੂ ਸਾਹਿਬ ਦੀ ਬਾਜ਼ਾਰ ਧਾਰਾ ਦੇ ਉੱਪਰ ਪਹਿਰਾ ਦੇ ਕੇ ਕਾਰਜ ਕਰਨ ਵਾਲੇ ਜਿਹੜੇ ਲੋਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਧਰਨਿਆਂ ਦੇ ਵਿੱਚ ਵੀ ਸ਼ਮੂਲੀਅਤ ਕਰ ਰਹੇ ਨੇ ਤੇ ਦਸਵੰਧ ਦੇ ਰੂਪ ਦੇ ਵਿੱਚ ਮਾਇਆ ਦਾ ਸਹਾਇਕ ਵੀ ਕਰ ਰਹੇ ਨੇ ਤੇ ਜਿਹੜੀਆਂ ਸੇਵਾਵਾਂ ਉੱਥੇ ਚੱਲ ਰਹੀਆਂ ਉਹਨਾਂ ਸੇਵਾਵਾਂ ਦੇ ਵਿੱਚ ਵੀ ਵੱਧ ਚੜ ਕੇ ਤਨ ਕਰਕੇ ਮਨ ਕਰਕੇ ਭਾਵ ਆਪ ਖੁਦ ਪਹੁੰਚ ਕਰਕੇ ਜਿਹੜਾ ਉਹ ਸੇਵਾ ਕਰ ਰਹੇ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜਾ ਹੈ ਇਹਨਾਂ ਕਾਰਜਾਂ ਨੂੰ ਨਿਭਾ ਰਹੇ ਨੇ ਸੋ ਮੁੱਖੀ ਗੱਲ ਇਹ ਹੈ ਕਿ ਜਦੋਂ ਚਾਰ ਸ਼ਪੇਰੇ ਦਾ ਸਾਰਾ ਮਾਹੌਲ ਵੇਖਦੇ ਆਂ ਤੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਵੱਲੋਂ ਜਿਹੜਾ ਸਭੇ ਸਾਂਝੀ ਵਾਲ ਸਦਾਇਨ ਦੀ ਗੱਲ ਉਹਦੇ ਸਿਧਾਂਤ ਤੇ ਪਹਿਰਾ ਦੇਂਦਿਆਂ ਹੋਇਆਂ ਉਸੇ ਸਿਧਾਂਤ ਨੂੰ ਮੰਨਦਿਆਂ ਹੋਇਆਂ ਦਸਾਂ ਨੋਹਾਂ ਦੀ ਕੀਰਤ ਕਮਾਈ ਦੀ ਗੱਲ ਦਸਵੰਧ ਕੱਢ ਕੇ ਜਿਹੜਾ ਹਰ ਇੱਕ ਦੇ ਗਰੀਬ ਦੇ ਮਦਦ ਕਰਨ ਦੀ ਗੱਲ ਇਹ ਸਾਰੇ ਸਿਧਾਂਤ ਦੇ ਉੱਪਰ ਪਹਿਰਾ ਦਿੱਤਾ ਜਾ ਰਿਹਾ ਤੇ ਇੱਥੋਂ ਤੱਕ ਕਿ ਜਿਹੜੇ ਉੱਥੋਂ ਦੇ ਹੁਕਮਰਾਨ ਵੀ ਨੇ ਜਾਂ ਜਿਹੜੇ ਲੋਕ ਨੇ ਜਿਹੜੇ ਵਾਅਦਾ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਕੋਈ ਤਲਖ ਖਲਾਮੀ ਨਹੀਂ ਕੀਤੀ ਜਾਂਦੀ ਲੰਗਰ ਪ੍ਰਸ਼ਾਦ ਦੇ ਦਵਾਈਆਂ ਆਦਿਕ ਕੱਪੜਾ ਲੱਤਾ ਜੋ ਵੀ ਸੇਵਾਵਾਂ ਹੋ ਰਹੀਆਂ ਉਹਨਾਂ ਨੂੰ ਵੀ ਜਿਹੜਾ ਉਹ ਬਰਾਬਰ ਦਾ ਉਹਦੇ ਵਿੱਚੋਂ ਸਹਿਯੋਗ ਕਰ ਰਹੇ ਨੇ ਪਰ ਖਾਸ ਗੱਲ ਇਹ ਰਹੀ ਹੈ ਕਿ ਜਦੋਂ ਵੀ ਸਟੇਜ ਤੋਂ ਬੋਲਿਆ ਜਾਂਦਾ ਤੇ ਸਟੇਜ ਦੇ ਉੱਪਰ ਬੋਲਣ ਵਾਲੇ ਬੁਲਾਰਿਆਂ ਦੀ ਆਮ ਚਰਚਾ ਜਿਹੜੀ ਉਹ ਛੜੀ ਰਹਿੰਦੀ ਤੇ ਅੱਜ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਬਲਕੌਰ ਸਿੰਘ ਨਾਮ ਦਾ ਇੱਕ ਵਿਅਕਤੀ ਜਿਹੜਾ ਕਾਫੀ ਸਮੇਂ ਤੋਂ ਮੀਡੀਆ ਦੇ ਉੱਪਰ ਬਹੁਤ ਆਪਣੇ ਆਪ ਦੇ ਵਿੱਚ ਗਿਆਨਵਾਨ ਤੇ ਬੁੱਧੀਮਾਨ ਬਣ ਕੇ ਉਹ ਗੱਲਾਂ ਕਰਦਾ ਸਾਹਮਣੇ ਆਉਂਦਾ ਤੇ ਸਟੇਜ ਤੋਂ ਜਿਹੜਾ ਉਹਦੇ ਵੱਲੋਂ ਗੱਲ ਕੀਤੀ ਗਈ ਜਿਹੜੀ ਗੱਲ ਦਾ ਬਿਆਨ ਉਹਨੇ ਦਿੱਤਾ ਹੈ ਕਿ ਭਾਈ ਅਸੀਂ ਦਿੱਲੀ ਨੂੰ ਜਿੱਤਣ ਵਾਸਤੇ ਆਏ ਆ ਤੇ ਬਾਬਾ ਬਘੇਲ ਸਿੰਘ ਜੀ ਜੱਸਾ ਸਿੰਘ ਰਾਮਗੜੀਆ ਜੀ ਤੇ ਅਨੇਕਾਂ ਸ਼ੂਰਬੀਰ ਯੋਧੇ ਜਿਨ੍ਹਾਂ ਨੇ ਦਿੱਲੀ ਦੇ ਉੱਪਰ ਕੇਸਰੀ ਨਿਸ਼ਾਨ ਝੁਲਾਏ ਤੇ ਉਹਨਾਂ ਵਾਲੀ ਅਸੀਂ ਗਲਤੀ ਹੁਣ ਨਹੀਂ ਕਰਨੀ ਜਿਹੜੀ ਗਲਤੀ ਉਹ ਕਰ ਗਏ ਨੇ ਤੇ ਇਸ ਗੱਲ ਨੂੰ ਲੈ ਕਰਕੇ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜਾ ਉਹ ਵੱਖੋ ਵੱਖਰੇ ਪ੍ਰਤੀਕੰਮ ਵੀ ਆ ਰਹੇ ਨੇ ਤੇ ਆਪ ਉਹ ਆਪਣੇ ਹਿਸਾਬ ਦੇ ਨਾਲ ਜਿਹੜੇ ਸਾਰਿਆਂ ਨੇ ਗੱਲਬਾਤ ਸਾਂਝੀ ਕੀਤੀ ਹੈ ਤੇ ਬੜੀ ਹੈਰਾਨੀ ਹੁੰਦੀ ਆ ਕਿ ਬਾਰ ਬਾਰ ਸਟੇਜ ਤੋਂ ਭਾਵੇਂ ਕਦੇ ਉਹ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਜਿਹੜੇ ਉਹ ਕਹਿ ਦਿੰਦੇ ਨੇ ਕਿ ਭਾਈ ਨਿਸ਼ਾਨ ਸਿੰਘ ਸਾਹਿਬ ਲਾਹ ਦਿੱਤੇ ਜਾਣ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਜ਼ਰੂਰਤ ਨਹੀਂ ਹੈ ਨਿਹੰਗ ਸਿੰਘ ਫੌਜਾਂ ਇੱਥੋਂ ਪਿੱਛੇ ਚਲੇ ਜਾਣ ਜਿਸ ਦਿਨ ਸਾਨੂੰ ਲੋੜ ਹੋਊਗੀ ਅਸੀਂ ਉਸ ਦਿਨ ਵਾਪਸ ਸੱਦ ਲਾਂਗੇ ਤੇ ਫੇਰ ਅੱਜ ਦੀ ਇਹ ਜਿਹੜੀ ਨਵੀਂ ਗੱਲ ਆ ਰਹੀ ਹੈ ਕਿ ਜੀ ਨਹੀਂ ਜਿਹੜੀਆਂ ਗਲਤੀਆਂ ਕਰ ਦਿੱਤੀਆਂ ਸਿੰਘਾਂ ਨੇ ਦਿੱਲੀ ਨੂੰ ਜਿੱਤ ਕਰਕੇ ਤੇ ਛੱਡ ਕੇ ਚਲੇ ਗਏ ਤੇ ਉਹ ਗਲਤੀਆਂ ਅਸੀਂ ਨਹੀਂ ਦੁਹਰਾਉਣੀਆਂ। ਇੰਨਾ ਹੀ ਨਹੀਂ ਤੇ ਅੱਗੋਂ ਪਿੱਛੋਂ ਵੀ ਜਿਹੜੇ ਆਪਣੇ ਆਪ ਨੂੰ ਕਾਫੀ ਬੁੱਧੀਮਾਨ ਲੋਕ ਮੰਨਦੇ ਨੇ ਤੇ ਸਟੇਜਾਂ ਤੋਂ ਆ ਕੇ ਤੇ ਉੱਥੇ ਇਹ ਗੱਲਾਂ ਕਰਦੇ ਨੇ। ਤੇ ਜੇਕਰ ਕੋਈ ਖਾਲਸਾ ਰਾਜ ਦੀ ਗੱਲ ਕਰ ਦਿੰਦਾ ਕੋਈ ਸਿੰਘਾਂ ਦੇ ਚੜ੍ਹਦੀ ਕਲਾ ਦੇ ਜਿਹੜਾ ਇਤਿਹਾਸ ਹੈ ਉਹਦੀ ਗੱਲ ਕਰ ਦਿੰਦਾ ਜਾਂ ਸੰਧ ਬਾਬਾ ਜਰਨੈਲ ਸਿੰਘ ਜੀ ਉਹਨਾਂ ਦਾ ਨਾਂ ਲੈ ਕਰਕੇ ਉਹਨਾਂ ਵੱਲੋਂ ਕੀਤੀਆਂ ਗਈਆਂ ਤਕਰੀਰਾਂ ਦੇ ਵਿੱਚੋਂ ਜਿੰਨਾ ਕਿ ਸਾਨੂੰ ਸਮਝ ਆਉਂਦਾ ਉਹਦੇ ਮੁਤਾਬਕ ਕੋਈ ਗੱਲ ਕਰ ਦਿੰਦਾ ਤੇ ਉਹਨਾਂ ਸੱਜਣਾ ਨੂੰ ਜਿਹੜਾ ਬੋਲਣ ਦੇ ਉੱਪਰ ਰੋਕ ਲਾ ਦਿੱਤੀ ਜਾਂਦੀ ਹੈ ਉਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ ਵੀ ਇਹਨਾਂ ਨੂੰ ਸਟੇਜਾਂ ਤੇ ਨਹੀਂ ਬੋਲਣ ਦੇਣਾ ਇਹ ਸੰਘਰਸ਼ ਨੂੰ ਖਰਾਬ ਕਰ ਰਹੇ ਨੇ ਤੇ ਇਥੋਂ ਤੱਕ ਵੀ ਜਿਹੜਾ ਜਥੇਬੰਦੀਆਂ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਜੀ ਧਾਰਮਿਕ ਸਿੱਖਿਅਤਾ ਇੱਥੇ ਆ ਕੇ ਤੇ ਇਸ ਸੰਘਰਸ਼ ਨੂੰ ਧਾਰਮਿਕ ਰੰਗਤ ਦੇ ਰਹੀਆਂ ਇਹ ਧਰਮ ਦੀ ਗੱਲ ਕਰਦੀਆਂ ਇਹ ਮੋਰਚਾ ਕਿਸੇ ਧਰਮ ਦਾ ਨਹੀਂ ਇਹ ਤਾਂ ਕੇਵਲ ਕਿਸਾਨਾਂ ਦਾ ਹੈ ਜੀ ਕਿ ਤੇ ਕਸਾਨੀ ਦੀ ਗੱਲ ਹੋਵੇ ਹਰੇ ਰੰਗ ਦੇ ਨਿਸ਼ਾਨ ਹੋਣੇ ਚਾਹੀਦੇ ਆ ਤੇ ਕਿਸਾਨ ਤੋਂ ਬਗੈਰ ਹੋਰ ਕੋਈ ਗੱਲ ਕਿਸਾਨ ਮਜ਼ਦੂਰ ਤੋਂ ਇਲਾਵਾ ਉਹ ਸਾਨੂੰ ਚਾਹੀਦੀ ਨਹੀਂ ਤੇ ਬੜੀ ਹੈਰਾਨੀ ਹੁੰਦੀ ਆ ਵੀ ਭਾਈ ਜਿਹੜਾ ਫਿਰ ਲੰਗਰ ਪ੍ਰਸ਼ਾਦਿਆਂ ਦੀਆਂ ਸੇਵਾਵਾਂ ਚੱਲ ਰਹੀਆਂ ਜਗਾ ਜਗਾ ਦੇ ਉੱਪਰ ਮੈਡੀਕਲ ਏਡ ਚੱਲ ਰਹੀ ਹੈ ਗਰਮ ਕੱਪੜਿਆਂ ਦੀਆਂ ਸੇਵਾਵਾਂ ਚੱਲ ਰਹੀਆਂ ਕੋਈ ਕੁਝ ਲੈ ਕੇ ਆ ਰਿਹਾ ਕੋਈ ਕੁਝ ਲੈ ਕੇ ਆ ਰਿਹਾ ਤੇ ਇਹ ਤੇ ਫਿਰ ਸਾਰੀਆਂ ਗੱਲਾਂ ਜਿਹੜੀਆਂ ਉਹ ਸਿੱਖ ਧਰਮ ਦੇ ਨਾਲ ਜਾਂ ਸਿੱਖ ਪਰੰਪਰਾਵਾਂ ਦੇ ਨਾਲ ਸੰਬੰਧ ਰੱਖਦੀਆਂ ਦਾ ਸੰਬੰਧ ਦੇ ਨਾਲ ਸੰਬੰਧ ਰੱਖਦੀਆਂ ਦਾਨ ਕਰਨ ਦੇ ਨਾਲ ਸੰਬੰਧ ਰੱਖਦੀਆਂ ਕਿਸਾਨੀ ਦੇ ਨਾਲ ਇਹਨਾਂ ਕਿਸੇ ਵੀ ਗੱਲ ਦਾ ਕੋਈ ਲੈਣਾ ਦੇਣਾ ਨਹੀਂ ਤੇ ਜੇਕਰ ਸਾਨੂੰ ਇਹ ਬਾਕੀ ਸਾਰੀਆਂ ਸੁਵਿਧਾਵਾਂ ਚਾਹੀਦੀਆਂ ਬਾਕੀ ਸਾਰੀਆਂ ਸਰਵਿਸ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਮਿਲਦੀਆਂ ਰਹਿਣ ਲੰਗਰ ਪ੍ਰਸ਼ਾਦ ਦੇਦੀਆਂ ਦਵਾਈਆਂ ਦੀਆਂ ਗਰਮ ਕੱਪੜਿਆਂ ਦੀਆਂ ਟੈਂਟ ਆਦਿਕ ਦੀਆਂ ਗਰਮ ਪਾਣੀ ਦੀਆਂ ਟਾਇਲਟਾਂ ਆਦਿਕ ਦਾ ਜਿੰਨਾ ਵੀ ਪ੍ਰਬੰਧ ਉੱਥੇ ਕੀਤਾ ਹੋਇਆ ਤੇ ਦੂਜੇ ਪਾਸੇ ਫਿਰ ਅਸੀਂ ਕਹਿੰਨੇ ਜੀ ਇੱਥੇ ਜਿਹੜਾ ਸਿੱਖੀ ਦੀ ਗੱਲ ਨਾ ਹੋਵੇ ਸਿੱਖ ਧਰਮ ਨਾਲ ਸੰਬੰਧਿਤ ਇਸ ਗੱਲ ਨੂੰ ਨਾ ਜੋੜਿਆ ਜਾਵੇ ਤੇ ਫਿਰ ਇਹ ਦੋ ਗੱਲਾਂ ਗੁਰੂ ਪਿਆਰੋ ਜਿਹੜੀਆਂ ਉਹ ਹਜ਼ਮ ਕਰਨੀਆਂ ਔਖੀਆਂ ਹੋ ਜਾਂਦੀਆਂ ਵੀ ਜਾਂ ਤਾਂ ਤੁਸੀਂ ਫਿਰ ਬਿਲਕੁਲ ਨਾਸਤਿਕ ਰੂਪ ਦੇ ਵਿੱਚ ਆਪਣਾ ਸੰਘਰਸ਼ ਲੜ ਕੇ ਵੇਖ ਲਓ ਤੇ ਜੇਕਰ ਤੁਸੀਂ ਸਿੱਖ ਪਰੰਪਰਾਵਾਂ ਅਨੁਸਾਰ ਸਭੇ ਸਾਂਝੀ ਵਾਲ ਸਦਾਇਨ ਦੀ ਆਪਾਂ ਗੱਲ ਕਰਦੇ ਹਾਂ ਤੇ ਉਹਦੇ ਅਨੁਸਾਰ ਚੱਲ ਰਹੇ ਆ ਤਾਂ ਫਿਰ ਸਾਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਫਿਰ ਸਾਨੂੰ ਤਾਂ ਫਕਰ ਹੋਣਾ ਚਾਹੀਦਾ ਕਿ ਭਾਈ ਅਸੀਂ ਉਸ ਪੰਥ ਦੇ ਉਸ ਧਰਮ ਦੇ ਮੰਨਣ ਵਾਲੇ ਆ ਗੁਰੂ ਸਾਹਿਬ ਦੇ ਅਸੀਂ ਉਹ ਪਿਆਰੇ ਸਿੱਖ ਹਾਂ ਕਿ ਜਿਹੜੇ ਭਾਈ ਆਪ ਸੰਘਰਸ਼ ਲੜਦੇ ਆ ਹੋયા ਵੀ ਕਿਸੇ ਦੇ ਨਾਲ ਦੁਬੱਲਾ ਵਰਤਾਣ ਨਹੀਂ ਕਰਦੇ ਦੂਜਿਆਂ ਨੂੰ ਵੀ ਆਪਣੇ ਬਰਾਬਰ ਦਾ ਸਮਝਦੇ ਨੇ ਸੋ ਰੋਹੋ ਵਿਚਾਰ ਤੇ ਜਿਹੜੀ ਆਪਾਂ ਗੱਲ ਕਰਨੀ ਸੀ ਵੀ ਇਹਨਾਂ ਲੋਕਾਂ ਦਾ ਹੌਸਲਾ ਕਿੱਥੋਂ ਵੱਧਦਾ ਆ ਜਾਂ ਇਹਨਾਂ ਲੋਕਾਂ ਨੂੰ ਇਹ એનર્ਜੀ ਕਿੱਥੋਂ ਮਿਲਦੀ ਹੈ ਸੋ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਗੁਰਮੁਖੋ ਕਿ ਇਹੋ ਜਿਹੇ ਬੰਦੇ ਸਟੇਜਾਂ ਤੇ ਆ ਕੇ ਇਹੋ ਜੀ ਬਕਵਾਸ ਬੋਲ ਦਿੰਦੇ ਆ ਤੇ ਫਿਰ ਉਹਦੇ ਮੁੱਦੇ ਬਣ ਜਾਂਦੇ ਆ ਤੇ ਉਹਦੇ ਨਾਲ ਫਿਰ ਆਪਸੀ ਟਕਰਾਅ ਵਧੇ ਜਾਂਦੇ ਆ ਤੇ ਸਭ ਤੋਂ ਵੱਡਾ ਕਾਰਨ ਪਹਿਲਾਂ ਤਾਂ ਇਹ ਆ ਕਿ ਇਹਨਾਂ ਲੋਕਾਂ ਨੇ ਚਾਹੇ ਉਹ ਬਲਕੌਰ ਸਿੰਘ ਹੋਵੇ ਤੇ ਚਾਹੀ ਇਹਦੇ ਵਰਗੇ ਹੋਰ ਕੋਈ ਹੋਣ ਜਿਵੇਂ ਨਿਊਜ਼ੀਲੈਂਡ 'ਚ ਬੈਠਾ ਇੱਕ ਬਕਵਾਸ ਮਾਰਦਾ ਰਹਿੰਦਾ ਉਹਦਾ ਹੀ ਚੇਲਾ ਇੱਕ ਜਰਮਨ ਦੇ ਵਿੱਚ ਵੀ ਐ ਤੇ ਇੱਕ ਕੈਨੇਡਾ ਤੋਂ ਵੀ ਬੋਲਦਾ ਹੁੰਦਾ ਤੇ ਇੱਕ ਨਵਾਂ ਹੁਣ ਅਮਰੀਕਾ ਤੋਂ ਲੱਗਾ ਹੋਇਆ ਸੋ ਇਹ ਸਾਰੇ ਜਿਹੜੇ ਇੱਕੋ ਹੀ ਥਾਲੀ ਦੇ ਚੱਟੇ-ਵੱਟੇ ਨੇ ਭਾਵ ਇੱਕੋ ਹੀ ਧਾਰੇ ਦੇ ਮੰਨਣ ਵਾਲੇ ਲੋਕ ਨੇ ਤੇ ਇਹਨਾਂ ਦੀ ਜੜ ਪੰਜਾਬ ਦੇ ਵਿੱਚ ਵੀ ਹੈ ਕਿ ਜਿਹੜੇ ਆਪਣੇ ਆਪ ਨੂੰ ਕਿਤਾਬਾਂ ਦੇ ਗਿਆਨ ਦੇ ਦੁਆਰਾ ਬੁੱਧੀਮਾਨ ਮੰਨਦੇ ਨੇ ਤੇ ਸੰਪਰਦਾਇ ਲੋਕਾਂ ਨੂੰ ਭਾਵ ਸੰਸਥਾ ਸੰਪਰਦਾਵਾਂ ਦੇ ਵਿੱਚ ਪੜਿਆ ਹੋਇਆਂ ਨੂੰ ਜਿਹੜਾ ਉਹ ਵਿਦਵਾਨ ਨਹੀਂ ਮੰਨਦੇ ਉਹ ਕਹਿੰਦੇ ਜੇ ਤੇ ਲਕੀਰ ਦੇ ਫਕੀਰ ਨੇ ਅਸੀਂ ਦੁਨੀਆ ਦੀਆਂ ਕਿਤਾਬਾਂ ਪੜ ਲਈਆਂ ਤੇ ਸਾਡੇ ਨਾਂ ਦੇ ਨਾਲ ਡਾਕਟਰ ਲੱਗ ਗਿਆ ਪ੍ਰੋਫੈਸਰ ਲੱਗ ਗਿਆ ਤੇ ਅਸੀਂ ਬਹੁਤੇ ਸਿਆਣੇ ਹੋ ਗਏ ਤੇ ਜਿਹੜੇ ਬਾਕੀ ਲੋਕ ਨੇ ਉਹਨਾਂ ਦੇ ਕੋਲ ਇਹਨਾਂ ਗਿਆਨ ਨਹੀਂ ਉਹਨਾਂ ਨੂੰ ਇੱਡੀ ਜਾਣਕਾਰੀ ਨਹੀਂ ਸੋ ਇਹ ਦਿਮਾਗੀ ਕੀੜਾ ਇਹ ਕਾਫੀ ਵੱਡੇ ਪੱਧਰ ਦੇ ਉੱਪਰ ਕਈਆਂ ਲੋਕਾਂ ਦੇ ਦਿਮਾਗ ਦੇ ਵਿੱਚ ਫਸਿਆ ਹੋਇਆ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਬਲਕੌਰ ਸਿੰਘ ਨਾਂ ਦਾ ਵੀ ਉਹ ਸਿਆਣਾ ਬਿਆਣਾ ਬੰਦਾ ਹੈ ਜਿਹੜਾ ਬਕਰੇ ਬਕਰੇ ਸਮੇਂ ਦੇ ਉੱਪਰ ਟੈਲੀਵਿਜ਼ਨਾਂ ਦੇ ਉੱਪਰ ਬੋਲ ਕੇ ਤੇ ਆਪਣੀ ਪੜਾਅਸ ਕੱਢਦਾ ਰਹਿੰਦਾ ਤੇ ਸਭ ਤੋਂ ਵੱਡਾ ਕਾਰਨ ਗੁਰਮੁਖੋ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਲੋਕਾਂ ਨੂੰ ਅੱਜ ਤੱਕ ਪੰਥ ਨੇ ਕਦੇ ਵੀ ਸ਼ਰਮੌਰ ਨਹੀਂ ਬਣਾਇਆ ਨਾ ਪੰਥ ਨੇ ਪ੍ਰਵਾਨ ਕੀਤਾ ਤੇ ਨਾ ਹੀ ਕਦੇ ਪੰਥ ਵਾਸਤੇ ਇਹਨਾਂ ਨੇ ਕੋਈ ਕੁਰਬਾਨੀ ਕੀਤੀ ਕੋਈ ਸੰਘਰਸ਼ ਲੜਿਆ ਤੇ ਇੱਥੋਂ ਤੱਕ ਵੀ ਹੈਰਾਨੀ ਹੋਵੇਗੀ ਆਪ ਜੀ ਨੂੰ ਕਿ ਜਦੋਂ ਇਹ ਆ ਕਰਕੇ ਬੋਲਦੇ ਨੇ ਨਾ ਸਟੇਜਾਂ ਦੇ ਉੱਪਰ ਤੇ ਕਦੇ ਇਹਨਾਂ ਦੀ ਬੈਕਗ੍ਰਾਉਂਡ ਚੈੱਕ ਕਰਕੇ ਵੇਖ ਲਓ ਕਿ ਦੂਜਿਆਂ ਦੀਆਂ ਸਟੇਜਾਂ ਦੇ ਉੱਪਰ ਜਾ ਕਰਕੇ ਆਪਣਾ ਗਿਆਨ ਝਾੜਨ ਵਾਸਤੇ ਇਹ ਲੋਕ ਆਉਂਦੇ ਨੇ ਤੇ ਉੱਥੋਂ ਹੀ ਲੰਗਰ ਪ੍ਰਸ਼ਾਦੇ ਛਕਦੇ ਨੇ ਤੇ ਫਿਰ ਭਾਈ ਉਸੇ ਹੀ ਸਟੇਜ ਤੋਂ ਸੰਘਰਸ਼ ਦੇ ਪ੍ਰਥਾਏ ਜਿਹੜਾ ਹੈ ਇਹ ਬਕਵਾਸ ਬੋਲ ਕਰਕੇ ਜਾਂਦੇ ਨੇ ਤੇ ਜੇ ਉਹਨਾਂ ਨੂੰ ਪੁੱਛ ਲਵੇ ਵੀ ਭਾਈ 10 ਰੁਪਏ ਤੁਸੀਂ ਕਦੇ ਦਾਨ ਕੀਤੇ ਜਾਂ ਕਿਸੇ ਸੇਵਾ ਦੇ ਵਿੱਚ ਹਿੱਸਾ ਪਾਇਆ ਤੇ ਫਿਰ ਇਹ ਕਾਮਰੇਟ ਵਰਤੀ ਦੇ ਲੋਕ ਇਹੀ ਕਹਿਣਗੇ ਜੀ ਅਸੀਂ ਇਹਨਾਂ ਚੀਜ਼ਾਂ ਨੂੰ ਮੰਨਤਾ ਨਹੀਂ ਦਿੰਦੇ ਇਹ ਤੇ ਵੇਸਟ ਆਫ ਮਨੀ ਹੈ ਜੀ ਇਦੋਂ ਤੱਕ ਕਿਸੇ ਲੋੜਵੰਦ ਦੀ ਸੇਵਾ ਕਰ ਦਿੱਤੀ ਜਾਵੇ ਜੀ ਜਿੰਨਾ ਪੈਸਾ ਇੱਥੇ ਲੰਗਰਾਂ ਤੇ ਲੱਗ ਰਿਹਾ ਇੰਨਾ ਪੈਸਾ ਤਾਂ ਕਿਤੇ ਹਸਪਤਾਲਾਂ ਤੇ ਲੱਗਣਾ ਚਾਹੀਦਾ ਜੀ ਕਿਸੇ ਗਰੀਬ ਦੇ ਬੱਚੇ ਨੂੰ ਪੜ੍ਹਾ ਦੇਣਾ ਚਾਹੀਦਾ ਤੇ ਜਦੋਂ ਇਹਨਾਂ ਨੂੰ ਪੁੱਛੋ ਵੀ ਅੱਜ ਤਾਈਂ ਤੁਸੀਂ ਕਦੇ ਕੋਈ ਬੱਚਾ ਸਪான்ਸਰ ਕੀਤਾ ਕਿਸੇ ਦੀ ਵਿੱਦਿਆ ਵਾਸਤੇ ਕੋਈ ਕਿਸੇ ਦੀ ਮਹੀਨੇ ਦੀ ਜਾਂ 6 ਮਹੀਨੇ ਦੀ ਫੀਸ ਦਿੱਤੀ ਤੇ ਤੁਹਾਨੂੰ ਕੋਰਾ ਜਵਾਬ ਮਿਲੇਗਾ ਜੀ ਨਹੀਂ ਅਸੀਂ ਕੇਵਲ ਗਿਆਨ ਦੇ ਸਕਦੇ ਹਾਂ ਪਰ ਜੇਬ ਚੋਂ ਰੁਪਈਆ ਨਹੀਂ ਦੇ ਸਕਦੇ ਤੇ ਫੇਰ ਸਰਕਾਰ ਦੀਆਂ ਨੌਕਰੀਆਂ ਕਰਨਗੇ ਉਹਨਾਂ ਨੌਕਰੀਆਂ ਤੋਂ ਤਨਖਾਹਾਂ ਲੈ ਕਰਕੇ ਤੇ ਜਦੋਂ ਇਹਨਾਂ ਨੂੰ ਪੈਨਸ਼ਨਾਂ ਲੱਗ ਜਾਣਗੀਆਂ ਤੇ ਫਿਰ ਇਹ ਲੋਕਾਂ ਨੂੰ ਗਿਆਨ ਵੰਡਣਾ ਸ਼ੁਰੂ ਕਰ ਦਿੰਦੇ ਜਿ ਨਹੀਂ ਇਹ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਪਰ ਜਦੋਂ ਇਹ ਸਰਕਾਰੀ ਨੌਕਰੀਆਂ ਤੇ ਰਹਿੰਦੇ ਨੇ ਇਹੋ ਜਿਹੇ ਡਾਕਟਰ ਇਹੋ ਜਿਹੇ ਪ੍ਰੋਫੈਸਰ ਜਾਂ ਜਿਹੜੇ ਆਪਣੇ ਆਪ ਨੂੰ ਪੀ ਐਚ ਡੀ ਪੜ੍ਹੇ ਲਿਖੇ ਦੱਸਦੇ ਨੇ ਉੰਨੀ ਦੇਰ ਤੱਕ ਇਹਨਾਂ ਦੇ ਮੂੰਹ ਨਹੀਂ ਖੁੱਲਦੇ ਜਿੰਨੀ ਦੇਰ ਤੱਕ ਇਹਨਾਂ ਨੂੰ ਸਰਕਾਰ ਵੱਲੋਂ ਨੌਕਰੀ ਹੁੰਦੀ ਆ ਤੇ ਉਹਦੇ ਤੋਂ ਇਹਨਾਂ ਨੂੰ ਤਨਖਾਹ ਮਿਲਦੀ ਆ ਤੇ ਜਦੋਂ ਇਹ ਸੇਵਾ ਮੁਕਤ ਹੋ ਜਾਂਦੇ ਨੇ ਤੇ ਫਿਰ ਸਮਾਜ ਸੇਵੀ ਬਣ ਕੇ ਅੱਗੇ ਆ ਜਾਂਦੇ ਨੇ ਵੀ ਸਾਡੀ ਤਾਂ ਪੈਨਸ਼ਨ ਲੱਗੀ ਹੋਈ ਆ ਤੇ ਜਿਹੜੇ ਦੂ ਉਹਨਾਂ ਨੂੰ ਇਹ ਗਿਆਨ ਵੰਡੀ ਹੈ ਤੇ ਇਹੀ ਕਾਰਨ ਹੈ ਕਿ ਇਹਨਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਮੀਡੀਆ ਨੇ ਬਹੁਤ ਜ਼ਿਆਦਾ ਚੁੱਕ ਦਿੱਤਾ ਜੇ ਹੁਣ ਬਲਕੌਰ ਸਿੰਘ ਹੋਣਾ ਦੀ ਗੱਲ ਕਰੀਏ ਤਾਂ ਕੋਈ ਇਹ ਵਿਦਵਾਨ ਨਹੀਂ ਕੋਈ ਇਹ ਐਡੇ ਸਾਇੰਟਿਸਟ ਨਹੀਂ ਜਾਂ ਕੌਮ ਲਈ ਜਾਂ ਪੰਥ ਲਈ ਇਥੋਂ ਤੱਕ ਕਿ ਜਿਹੜੇ ਕਾਮਰੇਡ ਬਿਰਤੀ ਦੀ ਗੱਲ ਕਰੀਏ ਵੀ ਜਿਹੜੇ ਦੇਸ਼ 'ਚ ਰਹਿੰਦੇ ਨੇ ਉਸ ਦੇਸ਼ ਲਈ ਕੀ ਕੁਰਬਾਨੀ ਕੀਤੀ ਇਹਨਾਂ ਨੇ ਜਾਂ ਇਹਨਾਂ ਨੇ ਪੀ ਐਚ ਡੀ ਕੀਤੀ ਹੋਈ ਹੈ ਤੇ ਆਪਣੇ ਇਲਾਕੇ ਦੇ ਜਿਹੜੇ ਮੁਹੱਲੇ ਦੇ ਵਿੱਚ ਗਲੀ ਦੇ ਵਿੱਚ ਜਾਂ ਜਿਹੜੇ ਪਿੰਡ ਸ਼ਹਿਰ ਦੇ ਵਿੱਚ ਰਹਿੰਦੇ ਨੇ ਤੇ ਇਹਨਾਂ ਨੂੰ ਪੁੱਛ ਲਓ ਵੀ ਕਿੰਨੇ ਕ ਬੱਚੇ ਆ ਜਿਨ੍ਹਾਂ ਨੂੰ ਤੁਸੀਂ ਵਿਦਿਆ ਪੜਾ ਦਿੱਤੀ ਕੋਈ 5ਵੀਂ 7ਵੀਂ 10ਵੀਂ ਤੱਕ ਕੋਈ ਟਿਊਸ਼ਨ ਦੇ ਰੂਪ 'ਚ ਕਹਿ ਲਓ ਵੀ ਮੈਂ ਪੈਸੇ ਨਹੀਂ ਲੈਂਦਾ ਪਰ ਮੇਰੇ ਕੋਲ ਗਿਆਨ ਹੈ ਪਰ ਮੈਂ ਗਿਆਨ ਵੰਡਣਾ ਚਾਹੁੰਨਾ ਬੱਚਿਆਂ 'ਚ ਤੇ ਤੁਹਾਨੂੰ ਬਿਲਕੁਲ 0/0 ਇਹਨਾਂ ਦਾ ਰਿਜ਼ਲਟ ਮਿਲੇਗਾ ਤੇ ਦੂਜਿਆਂ ਦੀਆਂ ਸਟੇਜਾਂ ਦੇ ਉੱਪਰ ਜਾ ਕਰਕੇ ਗਿਆਨ ਦੀਆਂ ਗੱਲਾਂ ਗਿਆਨ ਦੇ ਭੰਡਾਰ ਕੱਢ ਕੇ ਇਦਾਂ ਰੱਖ ਦੇਣੀ ਵੀ ਜਿਵੇਂ ਸਾਡੇ ਤੋਂ ਵੱਡਾ ਹੋਰ ਕੋਈ ਸਿਆਣਾ ਹੈ ਹੀ ਨਹੀਂ ਤੇ ਬਾਕੀ ਸਾਰੇ ਬੇਵਕੂਫ ਲੋਕ ਬਸਦੇ ਨੇ ਤੇ ਇਹਨਾਂ ਵੱਲ ਦੇਖ ਕੇ ਗੁਰਮੁਖੋਂ ਮੈਨੂੰ ਹਰਾਨੀ ਆਉਂਦੀ ਹੈ ਕਿ ਇਹਨਾਂ ਦੇ ਵਿੱਚ ਤੇ ਉਸ ਮਾੜੀ ਨੀਤ ਵਾਲੇ ਕਾਵਾਂ ਦੇ ਵਿੱਚ ਕੋਈ ਬਹੁਤਾ ਜਿਆਦਾ ਫਰਕ ਨਹੀਂ ਮੈਨੂੰ ਲੱਗਦਾ ਵੀ ਜਿਹੜੇ ਸਾਰੀ ਦਿਹਾੜੀ ਤੁਹਾਡੇ ਬਨੇਰੇ ਤੇ ਬੈਠੇ ਰਹਿੰਦੇ ਆ ਤੇ ਨਿਗਾ ਉਹਨਾਂ ਦੀ ਤੁਹਾਡੇ ਚੌਂਕੇ ਦੇ ਵਿੱਚ ਹੁੰਦੀ ਆ ਵੀ ਕਦੋਂ ਤੁਸੀਂ ਥੋੜਾ ਆ ਜਾ ਪਾਸਾ ਵੱਟੋਂ ਤੇ ਚੌਂਕੇ 'ਚ ਉਹ ਛਾਬੇ 'ਚ ਉਹ ਰੋਟੀ ਦੀ ਬੁਰਕੀ ਕੋਈ ਦਾਲ ਵਾਲਾ ਚਮਚਾ ਜਾਂ ਕੋਈ ਨਾ ਕੋਈ ਚੀਜ਼ ਐਸੀ ਚੁੱਕਣ ਜਾਂ ਜਿੱਥੇ ਜਾ ਕੇ ਝੁੰਝਾ ਮਾਰਨ ਤੇ ਸਾਰੀ ਦਿਹਾੜੀ ਪਹਿਲਾਂ ਤੁਹਾਡੇ ਬਨੇਰਿਆਂ ਤੇ ਬਹਿਣਗੇ ਪਰ ਤੁਹਾਡੇ ਹੀ ਚੌਂਕੇ ਦੇ ਵਿੱਚ ਜਿਹੜਾ ਇਹ ਜਾ ਕਰਕੇ ਠੁੰਗੇ ਮਾਰਨਗੇ ਤੇ ਫਿਰ ਉੱਥੋਂ ਜਦੋਂ ਤੁਸੀਂ ਇਹਨਾਂ ਨੂੰ ਉਡਾ ਦੇਵੋਗੇ ਤੇ ਫਿਰ ਬਾਹਰ ਜਾ ਕਰਕੇ ਜਦੋਂ ਦੂਜਿਆਂ ਦੇ ਘਰਾਂ 'ਚ ਫਿਰਦੇ ਨੇ ਜਦੋਂ ਗੰਦਮੰਦ ਫਰੋਲਦੇ ਨੇ ਤੇ ਉੱਥੋਂ ਜੋ ਕੂੜਾ ਕਰਕਟ ਹੈ ਜੋ ਹੱਡੀਆਂ ਆਦਕ ਨੇ ਉਹ ਚੱਕ ਕੇ ਲਿਆਉਣਗੇ ਤੇ ਦੁਬਾਰਾ ਫਿਰ ਤੁਹਾਡੇ ਹੀ ਚੌਂਕੇ 'ਚ ਆ ਕੇ ਸਿੱਟਣਗੇ ਤੇ ਸਾਰੀ ਦਿਹਾੜੀ ਫਿਰ ਤੁਹਾਡੇ ਬਨੇਰੇ ਤੇ ਬਹਿ ਕੇ ਤਾਂ ਕਾ ਕਾ ਕਰਨਗੇ ਸੋ ਉਹ ਮਾੜੀ ਨੀਤ ਵਾਲੇ ਕਾਂ ਇਹ ਗਿਆਨੀ ਬਣ ਕੇ ਇਹ ਬੁੱਧੀਜੀਵ ਬਣ ਕੇ ਸਿੱਖ ਪੰਥ ਨੂੰ ਚੁੰਮੜੇ ਹੋਏ ਆ ਜਿਨ੍ਹਾਂ ਨੇ ਦਸਤਾਰਾਂ ਬੰਨੀਆਂ ਹੋਈਆਂ ਦਾੜੇ ਖੁੱਲੇ ਛੱਡੇ ਹੋਏ ਆ ਤੇ ਨਾਂ ਦੇ ਅੱਗੇ ਡਾਕਟਰ ਪ੍ਰੋਫੈਸਰ ਤੇ ਆਪਣੇ ਆਪ ਨੂੰ ਪਤਾ ਨਹੀਂ ਕੀ ਕੀ ਪੀ ਐਚ ਡੀ ਵਗੈਰਾ ਲਾਇਆ ਹੋਇਆ ਵੀ ਜਿਹੜੇ ਸਾਰੀ ਦਿਹਾੜੀ ਨਾਂ ਤੇ ਆਪ ਕੋਈ ਕੰਮਕਾਰ ਕਰਦੇ ਆ ਨਾ ਕੋਈ ਕੌਮ ਲਈ ਨਾ ਕੋਈ ਪੰਥ ਲਈ ਨਾ ਕਿਸੇ ਗਰੀਬ ਲਈ ਨਾ ਕਿਸੇ ਦੇਸ਼ ਲਈ ਨਾ ਕਿਸੇ ਧਰਮ ਲਈ ਕਿਉਂਕਿ ਨਾਸਤਕ ਲੋਕ ਨੇ ਧਰਮਾਂ 'ਚ ਤਾਂ ਇਹ ਮੰਨਤਾ ਰੱਖਦੇ ਨਹੀਂ ਪਰ ਇਹ ਆ ਵੀ ਬਹਿਣਗੇ ਵੀ ਤੁਹਾਡੇ ਬਨੇਰੇ ਦੇ ਉੱਪਰ ਖਾਣਗੇ ਵੀ ਤੁਹਾਡੇ ਚੌਂਕੇ ਦੇ ਵਿੱਚੋਂ ਤੇ ਕਾ ਕਾ ਵੀ ਤੁਹਾਡੇ ਤੇ ਹੀ ਕਰਨਗੇ ਤੇ ਬਾਹਰੋਂ ਗੰਦਮੰਦ ਲਿਆ ਕੇ ਸਿੱਟਣਗੇ ਵੀ ਤੁਹਾਡੇ ਉਸੇ ਚੌਂਕੇ ਦੇ ਵਿੱਚ ਤੋ ਇਸੇ ਤਰ੍ਹਾਂ ਬਲਕੌਰ ਸਿੰਘ ਵਰਗੇ ਤੇ ਹੋਰ ਜਿਹੜੇ ਜਿਵੇਂ ਰਣਜੀਤ ਸਿੰਘ ਢੰਡਰੀਆਂ ਵਾਲਾ ਤੇ ਢੰਡਰੀਆਂ ਵਾਲੇ ਦੇ ਨਾਲ ਰਾਬਤਾ ਰੱਖਣ ਵਾਲੇ ਹੋਰ ਚੇਲੇ ਭਾਵੇਂ ਉਹ ਨੇਕੀ ਵਰਗੇ ਹੋਣ ਤੇ ਦੂਜੇ ਤੀਜੇ ਕਈ ਮੁਲਖਾਂ 'ਚ ਬੈਠੇ ਨੇ ਸਾਰੇ ਦੇ ਸਾਰੇ ਇੱਕੋ ਹੀ ਥਾਲੀ ਦੇ ਚੱਟੇ-ਵੱਟੇ ਨੇ ਵੀ ਸਾਰੀ ਦਿਹਾੜੀ ਤੁਹਾਡਿਆਂ ਬਨੇਰਿਆਂ ਤੇ ਬਹਿ ਕੇ ਇਹਨਾਂ ਨੇ ਕਾਂਕਾ ਕਰਨੀ ਆ ਉੱਥੇ ਹੀ ਠੁੰਗੇ ਮਾਰਨੇ ਨੇ ਤੇ ਬਾਹਰੋਂ ਲਿਆ ਕੇ ਗੰਦਮੰਦ ਵੀ ਉੱਥੇ ਹੀ ਸੁੱਟਣਾ ਤੇ ਹੁਣ ਜੇ ਇਹਨੂੰ ਬਲਕੌਰ ਸਿੰਘ ਨੂੰ ਪੁੱਛਿਆ ਜਾਵੇ ਵੀ ਤੁਹਾਨੂੰ ਇਹਨਾਂ ਰੀਤਾਂ ਦੇ ਨਾਲ ਚੰਗਿਆਈ ਨਹੀਂ ਨਜ਼ਰ ਆਉਂਦੀ ਜਾਂ ਸਿੱਖ ਧਰਮ ਦੇ ਨਾਲ ਤੁਹਾਨੂੰ ਬਹੁਤੀ ਜ਼ਿਆਦਾ ਲਾਗੜਾਟ ਤੇ ਵੇਰੋ ਭਾਈ ਲੰਗਰ ਵੀ ਤਾਂ ਉੱਥੋਂ ਹੀ ਛਕਿਆ ਹੋਏਗਾ ਜਿਹੜਾ ਪੰਗਤ ਦਾ ਸਿਸਟਮ ਗੁਰੂ ਸਾਹਿਬ ਨੇ ਦਿੱਤਾ ਤੇ ਗੁਰੂ ਦੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਸਿੰਘ ਉੱਥੇ ਪਹਿਰਾ ਦੇ ਰਹੇ ਆ ਲੰਗਰ ਪਛਾਦੇ ਛਕਾ ਰਹੇ ਆ ਉੱਥੇ ਹੀ ਤੁਸੀਂ ਬਹਿ ਕੇ ਖਾਵੋਗੇ ਤੇ ਉਹਨਾਂ ਹੀ ਲੰਗਰਾਂ ਦੇ ਮਾਇਆ ਨੂੰ ਤੁਸੀਂ ਵੇਸਟੇਜ ਦੱਸੋਗੇ ਵੀ ਭਾਈ ਇਹ ਮਾਇਆ ਖਰਾਬ ਹੋ ਰਹੀ ਆ ਉੱਥੋਂ ਹੀ ਤੁਸੀਂ ਸਾਰੀਆਂ ਸੁਵਿਧਾਵਾਂ ਲਵੋਗੇ ਤੇ ਉਹਨਾਂ ਹੀ ਗੁਰੂਕੀਆਂ ਸਟੇਜਾਂ ਤੋਂ ਤੁਹਾਨੂੰ ਬੇਅਕਲੇ ਲੋਕ ਸਮਾ ਦੇ ਕਰਕੇ ਬੁਲਾਉਂਦੇ ਨੇ ਤੇ ਫਿਰ ਤੁਸੀਂ ਉੱਥੇ ਸੰਘਰਸ਼ ਦੀ ਉਸੇ ਹੀ ਰਵਾਇਤ ਦੀ ਉਸੇ ਹੀ ਪੰਥ ਦੀ ਤੁਸੀਂ ਜਿਹੜੀ ਨਿੰਦਿਆ ਕਰੋਗੇ ਇਹ ਤੁਹਾਡਾ ਸਾਰਿਆਂ ਦਾ ਸੁਭਾਅ ਬਣ ਚੁੱਕਾ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਸੋਸ਼ਲ ਮੀਡੀਆ ਤੇ ਬਹੁਤ ਮੇਰੇ ਵੀਰ ਐਸੇ ਨੇ ਜਿਹੜੇ ਨਿੱਜੀ ਚੈਨਲ ਚਲਾ ਰਹੇ ਆ ਤੇ ਹੁਣ ਦੌੜ ਗੁਰਮੁਖੋ ਇਹ ਲੱਗੀ ਹੋਈ ਆ ਵੀ ਮੇਰਾ ਚੈਨਲ ਚੱਲ ਪਵੇ ਮੇਰੇ ਫਾਲੋਅਰ ਵੱਧ ਜਾਣ ਮੈਨੂੰ ਲੋਕ ਬਹੁਤੇ ਸੁਣਨ ਲੱਗ ਪੈਣ ਤੇ ਇਸ ਚੱਕਰ ਦੇ ਵਿੱਚ ਅਸੀਂ ਜੋ ਦੁਨੀਆ ਦਾ ਕੂੜ ਕਬਾੜਾ ਹੈ ਉਹ ਛੱਡ ਨਹੀਂ ਰਹੇ ਜਿੱਥੇ ਕਿਤੇ ਮੌਕਾ ਮਿਲ ਜਾਵੇ ਕਿਸੇ ਨੂੰ ਮੁੱਖ ਮੰਤਰੀ ਬਣਾ ਦਿੰਨੇ ਆ ਕਿਸੇ ਨੂੰ ਪ੍ਰਧਾਨ ਮੰਤਰੀ ਬਣਾ ਦਿੰਨੇ ਆ ਕਿਸੇ ਨੂੰ ਬਲਕੌਰ ਸਿੰਘ ਬਣਾ ਦਿੰਨੇ ਆ ਤੇ ਕਿਸੇ ਨੂੰ ਕੁਝ ਬਣਾ ਦਿੰਨੇ ਆ ਪਾਪ ਕੋਈ ਮੌਕਾ ਲੱਗਣਾ ਚਾਹੀਦਾ ਵੀ ਜੇ ਮੱਝ ਨੇ ਕੱਟਾ ਦੇ ਦਿੱਤਾ ਤੇ ਉਹ ਵੀ ਅਸੀਂ ਲਾਈਵ ਹੋ ਕਰਕੇ ਸੰਗਤਾਂ ਨਾਲ ਸਾਂਝ ਕਰਨ ਲੱਗ ਪੈਨੇ ਆ ਤੇ ਜਿੱਥੇ ਕੋਈ ਸਿਆਣੀ ਗੱਲ ਐ ਕੋਈ ਗਿਆਨ ਦੀ ਗੱਲ ਐ ਕੋ ਗੁਰੂ ਸਿਧਾਂਤ ਦੀ ਗੱਲ ਐ ਤੇ ਉਥੇ ਤੇ ਅਸੀਂ ਪਹੁੰਚਣ ਤੋਂ ਜਿਹੜਾ ਪੈਰ ਪਿਸ਼ਾਣ ਖਿੱਚਣ ਲੱਗ ਪੈਨੇ ਆ ਗੱਲ ਕੀ ਐ ਵੀ ਲਾਈਕ ਬਹੁਤੇ ਵੱਧ ਜਾਣ ਦੇਖਣ ਵਾਲੇ ਬਹੁਤੇ ਵੱਧ ਜਾਣ ਤਾਂ ਕਿਸੇ ਨਾ ਕਿਸੇ ਤਰੀਕੇ ਸਾਡਾ ਚੈਨਲ ਚੱਲ ਪਵੇ ਸੋ ਇਹਨਾਂ ਨੂੰ ਬਲਕੌਰ ਸਿੰਘ ਵਰਗਿਆਂ ਨੂੰ ਵੀ ਮੋਹਰੇ ਲੈ ਕੇ ਆਉਣ ਵਾਲੇ ਸਾਡੇ ਨਿੱਜੀ ਚੈਨਲ ਹੀ ਨੇ ਤੇ ਆਪ ਜੀ ਜਾਣਦੇ ਹੋ ਕਿ ਮੇਰੇ ਵੀਰ ਹੁਣ ਕਿਸੇ ਹੋਰ ਚੈਨਲ ਤੇ ਕੰਮ ਕਰਦੇ ਨੇ ਸਾਰਿਆਂ ਤੋਂ ਪਹਿਲਾਂ ਉਹਨਾਂ ਨੇ ਹੀ ਇਹਨਾਂ ਨੂੰ ਲਿਆ ਕੇ ਚੁੱਕਿਆ ਸੀ ਜੀ ਬਹੁਤ ਸਿਆਣੀਆਂ ਗੱਲਾਂ ਕਰਦੇ ਆ ਬੜੀ ਤਰਕ ਦੇ ਨਾਲ ਗੱਲ ਕਰਦੇ ਆ ਤੇ ਰਿੰਦੇ ਹੁੰਦੇ ਪੁੱਛੇ ਮਾਰ ਦਿੱਤੇ ਰਣਜੀਤ ਸਿੰਘ ਢੰਡਰੀਆ ਵਾਲੇ ਨੇ ਵੀ ਬਲਕੌਰ ਸਿੰਘ ਵਰਗਾ ਗਿਆਨੀ ਧਿਆਨੀ ਬੰਦਾ ਐਡਾ ਸਿਆਣਾ ਬੰਦਾ ਤਾਂ ਮੈਂ ਦੇਖਿਆ ਹੀ ਨਹੀਂ ਕਦੇ ਮੇਰਾ ਬڑا ਜੀ ਕਰਦਾ ਇਹਨਾਂ ਨੂੰ ਮਿਲਣ ਨੂੰ ਇਹ ਜੀ ਬੜੀ ਤਰਕ ਨਾਲ ਗੱਲ ਕਰਦੇ ਆ ਤੇ ਜਦੋਂ ਮੈਂ ਤੁਹਾਨੂੰ ਜਿਵੇਂ ਪਹਿਲਾਂ ਬੇਨਤੀ ਕੀਤੀ ਵੀ ਇਹਨਾਂ ਨੂੰ ਪੁੱਛ ਲਓ ਬੀਜੇ ਲੰਗਰਾਂ ਦੇ ਉੱਪਰ ਮਾਇਆ ਤੁਹਾਨੂੰ ਲੱਗਦੀ ਵੇਸਟ ਹੋ ਰਹੀ ਆ ਇਸ ਮਾਇਆ ਦੇ ਨਾਲ ਦੁਆਖਾਨੇ ਖੋਲਣੇ ਚਾਹੀਦੇ ਕਾਲਜ ਖੋਲਣੇ ਚਾਹੀਦੇ ਵੀ ਤੁਸੀਂ ਕਿੰਨੇ ਖੋਲ ਦਿੱਤੇ ਕੋਈ ਦੁਆਖਾਨੇ ਜਾਂ ਕਾਲਜ ਕਿੰਨੇ ਖੋਲੇ ਨੇ ਤੁਸੀਂ ਤੇ 0/0 ਤੇ ਚਲੋ ਖੋਲਣ ਦੀ ਗੱਲ ਇੱਕ ਪਾਸੇ ਰਹੀ ਇੱਕ ਬੰਦਾ ਕਹਿ ਸਕਦਾ ਵੀ ਭਾਈ ਮੇਰੇ ਕੋਲ ਇੰਨੀ ਸਮਰੱਥਾ ਨਹੀਂ ਮੈਂ ਕਰ ਨਹੀਂ ਸਕਦਾ ਤੇ ਜੇ ਤੁਹਾਡੇ ਕੋਲ ਇੰਨਾ ਹੀ ਗਿਆਨ ਹੈ ਐਡੀਆਂ ਪੀ ਐਚ ਡੀਆਂ ਕੀਤੀਆਂ ਹੋਈਆਂ ਇੰਨੀ ਦੁਨੀਆ ਦੀਆਂ ਕਿਤਾਬਾਂ ਪੜ੍ਹੀਆਂ ਤਾਂ ਕਿਸੇ ਗਰੀਬਾਂ ਦੇ ਨਿਆਣਿਆਂ ਨੂੰ ਕੋ 10-15 ਬੱਚਿਆਂ ਨੂੰ ਸ਼ਾਮ ਨੂੰ ਘੰਟਾ ਮੁਫਤ ਪੜ੍ਹਾ ਹੀ ਦਿਆ ਕਰੋ ਕੋਈ ਅਕਰਾ ਦਾ ਗਿਆਨ ਦੇ ਦਿਓ ਕੋਈ ਕਿਤਾਬਾਂ ਦਾ ਹੀ ਕੋਈ ਪੰਜਾਬੀ ਬੋਲੀ ਦੀ ਸੇਵਾ ਕਰ ਲੋ ਵੀ ਲੋਕਾਂ ਨੂੰ ਉਹੜਾ ਸਿਖਾ ਦਈਏ ਬੱਚਿਆਂ ਨੂੰ ਪੜ੍ਹਨਾ ਸਿਖਾ ਦਈਏ ਤੁਹਾਡੀਆਂ ਨੱਕ ਦੇ ਇਠਾਂ ਸਰਕਾਰੀ ਸਕੂਲਾਂ ਚੋਂ ਪੰਜਾਬੀ ਖਤਮ ਕਰ ਦਿੱਤੀ ਗਈ ਪ੍ਰਾਈਵੇਟ ਸਕੂਲਾਂ ਨੇ ਪੰਜਾਬੀ ਦਾ ਭੋਗ ਪਾ ਦਿੱਤਾ ਤੇ ਅੱਜ ਬੱਚੇ ਹਿੰਦੀ ਬੋਲ ਰਹੇ ਆ ਤੇ ਤੁਸੀਂ ਸਿਰ ਤੇ ਬੰਨ ਕੇ ਪੱਗਾਂ ਤੇ ਅੱਗੇ ਆ ਕਰਕੇ ਆਪਣੇ ਆਪ ਨੂੰ ਗਿਆਨੀ ਤੇ ਵਿਦਵਾਨ ਸਾਬਦ ਕਰਨ ਵਾਸਤੇ ਇਸ ਸੰਘਰਸ਼ ਨੂੰ ਫੇਲ ਕਰ ਰਹੇ ਹੋ ਤੇ ਇਹਨਾਂ ਕਾਰਜਾਂ ਵਿੱਚ ਤੁਹਾਡਾ ਕੋਈ 0/0 ਯੋਗਦਾਨ ਨਹੀਂ ਆ ਜੇ ਸੰਪਰਦਾਵਾਂ ਦੀ ਗੱਲ ਕਰ ਲਈਏ ਤੇ ਸੰਪਰਦਾਂ ਵੱਲੋਂ ਤਾਂ ਅੱਜ ਵੀ ਭਾਈ ਬਥੇਰੇ ਸਕੂਲ ਚੱਲਦੇ ਨੇ ਬਥੇਰੇ ਡੇਰੇ ਚੱਲਦੇ ਨੇ ਜਿੱਥੇ ਗੁਰਮਤਿ ਵਿੱਦਿਆ ਮੁਕਤ ਦਿੱਤੀ ਜਾ ਰਹੀ ਆ ਪਰ ਆਪ ਜੀ ਵਰਗੇ ਨਾਸਤਿਕ ਲੋਕਾਂ ਦੇ ਮਗਰ ਲੱਗ ਕਰਕੇ ਹੀ ਲੋਕਾਂ ਨੂੰ ਜਿਹੜਾ ਧਰਮ ਦੇ ਪਾਸੇ ਵੱਲੋਂ ਜਿਹੜੀ ਖੇਜ ਚੜਦੀ ਆ ਤੇ ਲੋਕ ਇਸ ਪਾਸੇ ਵੱਲ ਆਉਣ ਤੋਂ ਜਿਹੜਾ ਆਪਣੇ ਮਨ ਨੂੰ ਉਹ ਸਮਝਾਉਂਦੇ ਨਹੀਂ ਤੋਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹ ਸੰਘਰਸ਼ ਜਿਵੇਂ ਮੈਂ ਪਹਿਲੇ ਦਿਨਾਂ ਦੌਰਾਨ ਵੀ ਆਪ ਜੀ ਦੇ ਨਾਲ ਸਾਂਝ ਕੀਤੀ ਸੀ ਕਿ ਜੇਕਰ ਇਸੇ ਤਰ੍ਹਾਂ ਕਾਮਰੇਟੀ ਸੋਚ ਦੇ ਨਾਲ ਚੱਲਦਾ ਰਿਹਾ ਤੇ ਬਹੁਤਾ ਲੰਬਾ ਸਮਾਂ ਨਹੀਂ ਚੱਲਣਾ ਪਰ ਇਸ ਦੀ ਸਮਾਪਤੀ ਬਹੁਤ ਜਲਦੀ ਹੋ ਜਾਣੀ ਆ ਤੇ ਨਾਲ ਦੀ ਨਾਲ ਯਾਦ ਰੱਖਿਓ ਕਿ ਸਮਝੌਤੇ ਦੇ ਤਹਿਤ ਹੋਵੇਗੀ ਜਿੱਤ ਦੇ ਤਹਿਤ ਨਹੀਂ ਹੋਵੇਗੀ ਸਮਝੌਤੇ ਦੇ ਤਹਿਤ ਹੋਵੇਗੀ ਵੀ ਸਰਕਾਰ ਦੀਆਂ ਗੋਡਣੀਆਂ ਲਵਾ ਦਿੱਤੀਆਂ ਸਰਕਾਰ ਨੂੰ ਅਸੀਂ ਤਾਰੇ ਵਿਖਾਉਣੇ ਸੀ ਜੀ ਉਹ ਵਿਖਾ ਦਿੱਤੇ ਸਰਕਾਰ ਤੇ ਬੰਦਲੀ ਪਈ ਆ ਸਰਕਾਰ ਤੇ ਗੋਡਿਆਂ ਤੇ ਆ ਗਈ ਤੇ ਚਲੋ ਜੀ ਸਾਡੀ ਜਿੱਤ ਹੋ ਗਈ ਤੇ ਆਪਾਂ ਘਰਾਂ ਨੂੰ ਚੱਲੀਏ ਮੁੜ ਕੇ ਇਹ ਕਾਮਰਿਟੀ ਸੋਚਦੇ ਇਸ਼ਾਰੇ ਹੁੰਦੇ ਨੇ ਜਿਹੜੇ ਹੌਲੀ-ਹੌਲੀ ਤੁਹਾਡੇ ਦਿਮਾਗ ਨੂੰ ਇਸ ਪਾਸੇ ਵੱਲ ਮੋੜ ਕੇ ਲਿਆ ਰਹੇ ਨੇ ਵੀ ਲੋਕਾਂ ਦੇ ਮਨਾਂ 'ਚ ਇਹ ਗੱਲ ਚੱਲਣੀ ਸ਼ੁਰੂ ਹੋ ਜਾਏ ਵੀ ਸਰਕਾਰ ਨੂੰ ਝਕਾਉਣਾ ਸੀ ਸਰਕਾਰ ਤੇ ਝੁਕ ਗਈ। ਤਰਲੇ-ਮਿੰਤਾ ਕਰਾਉਣੇ ਹੀ ਸਰਕਾਰ ਤੇ ਮਿੰਤਾ ਕਰਦੀ ਹੱਥ ਜੋੜਦੀ ਵੀ ਹੁਣ ਤੁਸੀਂ ਵਾਪਸ ਚਲੇ ਜਾਓ। ਸਰਕਾਰ ਝੁਕਾਉਣੀ ਸੀ ਸਰਕਾਰ ਝੁਕਾ ਲਈ। ਤੇ ਬਾਕੀ ਮੈਂ ਵਾਪਸ ਗੱਲ ਵੱਲ ਆਵਾਂ ਕਿ ਬਲਕੌਰ ਸਿੰਘ ਇਹ ਗੱਲ ਕਹਿ ਰਿਹਾ ਸੀ ਕਿ ਭਾਈ ਅਸੀਂ ਬਾਬਾ ਭਗੈਲ ਸਿੰਘ ਹੋਣਾ ਵਰਗੀਆਂ ਗਲਤੀਆਂ ਨਹੀਂ ਕਰਮੀਆਂ ਤੇ ਬਲਕੌਰ ਸਿੰਘਾਂ ਦਾੜੀ ਤੇ ਤੇਰੀ ਵੀ ਚਿੱਟੀ ਹੋ ਗਈ ਹੈ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਵੀ ਕਾਲਿਆਂ ਤੋਂ ਚਿੱਟੇ ਹੋਣ ਦੇ ਨਾਲ ਵੀ ਕਈ ਵਾਰੀ ਅਕਲ ਨਹੀਂ ਆਉਂਦੀ ਤੇ ਤੇਰੇ ਵਰਗੇ अनेका ਅਸੇ ਤੁਰੇ ਫਿਰਦੇ ਨੇ ਜਿਨ੍ਹਾਂ ਨੂੰ ਅਜੇ ਤੱਕ ਅਕਲ ਨਹੀਂ ਆਈ ਖਾਲਸਾ ਰਾਜ ਤੇ ਖਾਲਸੇ ਇਹਨਾਂ ਨੂੰ ਸਮਝਣ ਵਾਸਤੇ ਬੜੇ ਢੂੰਗੇ ਧਿਆਨ ਦੀ ਲੋੜ ਪੈਣੀ ਹੈ ਤੇਰੇ ਵਰਗੇ ਕਾਮਰੇਟੀ ਸੋਚ ਵਾਲੇ ਵਿਦਵਾਨਾਂ ਦੀਆਂ ਕਿਤਾਬਾਂ ਪੜ੍ਹ ਕੇ ਗੱਲ ਸਮਝ ਨਹੀਂ ਆਉਣੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਦਸ਼ਾਹੀ ਦਾਵਾ ਬਖਸ਼ਿਸ਼ ਕੀਤਾ ਗੁਰੂ ਕੇ ਖਾਲਸੇ ਨੂੰ ਤੇ ਗੁਰੂ ਕਾ ਖਾਲਸਾ ਕਦੇ ਵੀ ਇਹ ਲਾਲਚ ਨਹੀਂ ਰੱਖਦਾ ਇਹ ਲਾਲਸਾ ਨਹੀਂ ਰੱਖਦਾ ਵੀ ਮੈਂ ਕਿਸੇ ਨੂੰ ਆਪਣੇ ਥੱਲੇ ਅਧੀਨ ਕਰਨਾ ਤੇ ਮੈਂ ਉਹਦੇ ਉੱਪਰ ਹੁਕਮ ਰਾਨ ਬਣ ਕੇ ਜਿਹੜਾ ਰਾਜ ਕਰਨਾ ਜਦੋਂ ਜ਼ਾਲਿਮਾਂ ਨੇ ਅਤ ਚੁੱਕੀ ਹੈ ਤੇ ਸਿੰਘਾਂ ਨੇ ਜ਼ਾਲਿਮਾਂ ਦਾ ਮੂੰਹ ਭੰਨਣ ਵਾਸਤੇ ਉਹਨਾਂ ਦੇ ਨਾਲ ਲੋਹਾ ਵੀ ਲਿਆ ਤੇ ਤਖਤਾਂ ਦੇ ਰਾਜ ਵੀ ਪਲਟੇ ਤੇ ਤਖਤਾਂ ਦੇ ਉੱਪਰ ਖਾਲਸਾ ਹੀ ਨਿਸ਼ਾਨ ਵੀ ਗੱਡੇ ਪਰ ਉਹ ਕਦੇ ਵੀ ਰਾਜ ਦੀ ਲਾਲਸਾ ਨਹੀਂ ਸੀ ਕਰਦੇ ਵੀ ਹੁਣ ਅੱਜ ਅਸੀਂ ਨਿਸ਼ਾਨ ਲਾ ਦਿੱਤਾ ਤੇ ਅੱਜ ਤੋਂ ਬਾਅਦ ਇਹ ਇਲਾਕਾ ਮੇਰਾ ਹੋ ਗਿਆ ਮੈਂ ਇਥੋਂ ਕਮਾਈ ਖਾਵਾਂ ਲੋਕਾਂ ਦੇ ਉੱਪਰ ਆਪਣਾ ਹੁਕਮ ਚਲਾਵਾਂ ਜਾਂ ਲੋਕਾਂ ਨੂੰ ਆਪਣੇ ਅਧੀਨ ਰੱਖਾਂ ਜ਼ੁਲਮ ਨੂੰ ਤੇ ਜ਼ਾਲਮ ਨੂੰ ਖਤਮ ਕਰਨ ਵਾਸਤੇ ਖਾਲਸਾ ਹਮੇਸ਼ਾ ਚੜਦਾ ਰਿਹਾ ਤੇ ਜਿੱਤ ਪ੍ਰਾਪਤ ਕਰਦਾ ਰਿਹਾ ਤੇ ਕਦੇ ਵੀ ਗੁਰੂ ਦੇ ਸਿਧਾਂਤ ਨੂੰ ਪਿੱਛੇ ਛੱਡ ਕੇ ਕੁਰਸੀ ਦਾ ਲਾਲਚ ਕਦੇ ਨਹੀਂ ਆਇਆ ਸਿੰਘਾਂ ਨੂੰ ਇਹੀ ਕਾਰਨ ਸੀ ਕਿ 18 ਬਾਰ ਜੇ ਦਿੱਲੀ ਜਿੱਤ ਵੀ ਲਈ ਇਹ ਕਦੇ ਦਿੱਲੀ ਦੇ ਤਖਤ ਤੇ ਬਹਿਣ ਦੀ ਲਾਲਸਾ ਨਹੀਂ ਸੀ ਗੁਰੂ ਸਿੱਖਾਂ ਦੇ ਅੰਦਰ ਗੁਰੂ ਕੇ ਖਾਲਸੇ ਦੇ ਮਨ ਦੇ ਅੰਦਰ ਇਹ ਲਾਲਚ ਨਹੀਂ ਸੀ ਵੀ ਅਸੀਂ ਇਸ ਤਖਤ ਦੇ ਮਾਲਕ ਬਣ ਜਾਈਏ ਲੋਕਾਂ ਨੂੰ ਆਪਣੇ ਅਧੀਨ ਰੱਖੀਏ ਤੇ ਅਸੀਂ ਲੋਕਾਂ ਦੇ ਉੱਪਰ ਆਪਣਾ ਹੁਕਮ ਚਲਾਉਣਾ ਆਪ ਆਜ਼ਾਦ ਰਹਿਣਾ ਤੇ ਹਰ ਇੱਕ ਨੂੰ ਆਜ਼ਾਦੀ ਮਾਨਣ ਦਾ ਪੂਰਾ ਅਧਿਕਾਰ ਦੇਣਾ ਇਹ ਗੁਰੂ ਕੇ ਖਾਲਸੇ ਦੀ ਸੋਚ ਰਹੀ ਹੈ ਤੇ ਜਿਹੜਾ ਇਸ ਸੋਚ ਤੋਂ ਟੁੱਟ ਜਾਂਦਾ ਉਹ ਕੁਰਸੀ ਦੇ ਉੱਪਰ ਜੱਫਾ ਮਾਰ ਕੇ ਬਹਿ ਜਾਂਦਾ ਵੀ ਹੁਣ ਮੈਨੂੰ ਮਿਲ ਗਈ ਤੇ ਮੈਂ ਛੱਡਣਾ ਨਹੀਂ ਤੇ ਫਿਰ ਉਹ ਹੰਕਾਰੀ ਹੋ ਜਾਂਦਾ ਉਹ ਮੁਕਾਰ ਬਣ ਜਾਂਦਾ ਆਪਣੇ ਰਾਜ ਨੂੰ ਕਾਇਮ ਰੱਖਣ ਵਾਸਤੇ ਆਪਣੇ ਆਚਰਣ ਤੋਂ ਡਿਗ ਪੈਂਦਾ ਤੇ ਉਸ ਰਾਜ ਨੂੰ ਚਲਾਉਣ ਵਾਸਤੇ ਫਿਰ ਹਰ ਅਥੀਲਾ ਵਰਤਦਾ ਵੀ ਇਹ ਕੁਰਸੀ ਹੁਣ ਮੇਰੇ ਥੱਲੋਂ ਨਿਗਲ ਨਾ ਜਾਵੇ ਕਿਸੇ ਨੂੰ ਮਾਰਨਾ ਪਿਆ ਤਾਂ ਮੈਂ ਮਾਰਾਂਗਾ ਕਿਸੇ ਨਾਲ ਲੜਨਾ ਪਿਆ ਤਾਂ ਮੈਂ ਲੜਾਂਗਾ ਤੇ ਫਿਰ ਆਪਣੇ ਰਾਜ ਨੂੰ ਕਾਇਮ ਰੱਖਣ ਵਾਸਤੇ ਫਿਰ ਉਹ ਸਿੱਖੀ ਸਿਧਾਂਤ ਤੋਂ ਤੇ ਭਾਵੇਂ ਟੁੱਟ ਜਾਂਦਾ ਪਰ ਆਪਣੀ ਕੁਰਸੀ ਦੇ ਲਾਲਚ ਵਿੱਚ ਆ ਜਾਂਦਾ ਤੇ ਜਿਹੜੇ ਗੁਰਸਿੱਖ ਗੁਰੂ ਦੀ ਬਾਣੀ ਨੂੰ ਮੁੱਖ ਰੱਖਦੇ ਗੁਰੂ ਦੇ ਸਿਧਾਂਤ ਨੂੰ ਮੁੱਖ ਰੱਖਦੇ ਆ ਆਪਣੇ ਆਚਰਣ ਨੂੰ ਉੱਚਾ ਰੱਖਦੇ ਉਹ ਕਹਿੰਦੇ ਭਾਈ ਕੁਰਸੀ ਕੱਲ ਨੂੰ ਛੱਡਣੀ ਮੈਂ ਅੱਜ ਛੱਡ ਦਿਆਂਗਾ ਪਰ ਮੈਂ ਗੁਰੂ ਦੀ ਗੁਰਬਾਣੀ ਨਹੀਂ ਛੱਡਣੀ ਗੁਰੂ ਦਾ ਦੱਸਿਆ ਰਸਤਾ ਨਹੀਂ ਛੱਡਣਾ ਗੁਰੂ ਦੇ ਸਿਧਾਂਤ ਤੇ ਪਹਿਰਾ ਦੇਣਾ ਤੇ ਜਿੱਥੇ ਗੁਰੂ ਦੀ ਗੱਲ ਆਵੇ ਗੁਰੂ ਦੇ ਸਿਧਾਂਤ ਦੀ ਗੱਲ ਆਵੇ ਗੁਰਪੁਰਬਾਂ ਦੀ ਗੱਲ ਆਵੇ ਗੁਰ ਇਤਿਹਾਸ ਦੀ ਗੱਲ ਆਵੇ ਉੱਥੇ ਮੈਂ ਆਪਣੀ ਕੁਰਸੀ ਛੱਡ ਕੇ ਆਪਣਾ ਰਾਜ ਛੱਡ ਕੇ ਤੇ ਪਾਸੇ ਹੋ ਜਾਵਾਂਗਾ ਪਰ ਮੈਂ ਗੁਰੂ ਨੂੰ ਨਹੀਂ ਛੱਡ ਸਕਦਾ ਸੋ ਬਲਕੌਰ ਸਿੰਘ ਜਰਾ ਇਤਿਹਾਸ ਨੂੰ ਪੜ੍ਹ ਜਿੱਥੇ ਐਡੀਆਂ ਐਡੀਆਂ ਪੀਐਚਡੀਆਂ ਤੋਂ ਕਹਿਣਾ ਮੈਂ ਕੀਤੀਆਂ ਕਿ ਦੇ ਇਤਿਹਾਸ ਨੂੰ ਜਰਾ ਆਪਣੇ ਹਿਰਦੇ ਤੋਂ ਵਾਚ ਕੇ ਤੇ ਇਸ ਗੱਲ ਨੂੰ ਸਮਝ ਗੁਰੂ ਕੇ ਖਾਲਸੇ ਨੇ ਕਦੇ ਵੀ ਕੋਈ ਗਲਤੀ ਨਹੀਂ ਕੀਤੀ ਦਿੱਲੀ ਦੇ ਤਖਤ ਦੀ ਸੱਲ ਪਟ ਕੇ ਦਰਬਾਰ ਸਾਹਿਬ ਲਿਆਉਣ ਦੇ ਵਿੱਚ ਕਾਰਨ ਇਹੀ ਸੀ ਕਿ ਗੁਰੂ ਪਹਿਲਾਂ ਤਖਤ ਬਾਦ ਦੇ ਵਿੱਚ ਆ ਤਖਤ ਛੱਡਿਆ ਜਾ ਸਕਦਾ ਪਰ ਗੁਰੂ ਨੂੰ ਨਹੀਂ ਛੱਡ ਸਕਦੇ ਤੇ ਨਾ ਕਦੇ ਵੀ ਜਿੱਤ ਹਾਸਲ ਕਰਕੇ ਤਖਤ ਤੇ ਬਹਿ ਕੇ ਅਸੀਂ ਜ਼ਾਲਮ ਹੁਕਮਰਾਨ ਬਣਨਾ ਸੀ ਇਸੇ ਕਰਕੇ ਬਾਬਾ ਬਘੇਲ ਸਿੰਘ ਜੀ ਉਹਨਾਂ ਨੇ ਤੇ ਹੋਰ ਸ਼ੂਰਬੀਰ ਯੋਧਿਆਂ ਨੇ ਜਦੋਂ-ਜਦੋਂ ਵੀ ਜਿੱਤ ਹਾਸਲ ਕੀਤੀ ਉਹਨਾਂ ਨੇ ਜ਼ੁਲਮ ਨੂੰ ਤੇ ਜ਼ਾਲਮ ਨੂੰ ਖਤਮ ਕੀਤਾ ਕਦੇ ਵੀ ਆਪਣੇ ਰਾਜ ਨੂੰ ਕਾਇਮ ਰੱਖਣ ਵਾਸਤੇ ਕੁਰਸੀ ਤੇ ਕਾਬਜ ਨਹੀਂ ਹੋਏ ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨਪ੍ਰੀਤ ਚਰਨ ਕਮਲਾਰੇ ਕਿ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਆਜ਼ਾਦ ਸੀ ਆਜ਼ਾਦ ਹਾਂ ਤੇ ਅਸੀਂ ਕਦੇ ਕਿਸੇ ਨੂੰ ਗੁਲਾਮ ਬਣਾ ਹੀ ਨਹੀਂ ਸਕਦੇ ਕਿਸੇ ਨੂੰ ਆਪਣੇ ਅਧੀਨ ਨਹੀਂ ਰੱਖਾਂਗੇ ਜੋ ਵੀ ਹੈ ਸੱਚੇ ਪਾਤਸ਼ਾਹ ਸਭ ਕੁਝ ਤੇਰਾ ਹੈ ਤੇ ਤੇਰੀ ਦਿੱਤੀ ਹੋਈ ਫਤਿਹ ਨੂੰ ਵੀ ਠੋਕਰਿਓ ਮਾਰ ਦਿੰਦੇ ਸੱਚੇ ਪਾਤਸ਼ਾਹ ਦਿੱਤੇ ਹੋਏ ਤਕਸ਼ਾ ਨੂੰ ਵਾਹਿਗੁਰੂ ਕਿ ਜੇ ਤੂੰ ਫਤਿਹ ਬਖਸ਼ਿਸ਼ ਕੀਤੀ ਤਖਤ ਤੇ ਬਿਠਾ ਦਿੱਤਾ ਤੇ ਜਿੱਤ ਪ੍ਰਾਪਤ ਹੋ ਗਈ ਸਿਧਾਂਤ ਤੇ ਰਹਿਣਾ ਪਰ ਉਸ ਤਖਤ ਤੇ ਕਾਬਜ ਹੋ ਕੇ ਨਹੀਂ ਬਹਿਣਾ ਕਿ ਹੁਣ ਅਸੀਂ ਜਿੱਤ ਲਿਆ ਤੇ ਹੁਣ ਅਸੀਂ ਇਹਦੇ ਮਾਲਕ ਹਾਂ ਤੇ ਬਲਕੌਰ ਸਿਆਂ ਇਹੀ ਕਾਰਨ ਸੀਗਾ ਕਿ ਸੂਰਬੀਰ ਯੋਧੇ ਦਿੱਲੀ ਨੂੰ ਜਿੱਤ ਕੇ ਵੀ ਛੱਡ ਕੇ ਜਾਂਦੇ ਰਹੇ ਵੀ ਭਾਈ ਅਸੀਂ ਜ਼ੁਲਮ ਨੂੰ ਤੇ ਜ਼ਾਲਮ ਨੂੰ ਖਤਮ ਕਰ ਦਿੱਤਾ ਤਖਤ ਨੂੰ ਇੱਕ ਵਾਰ ਦੱਸ ਦਿੱਤਾ ਕਿ ਜੇ ਤੂੰ ਜ਼ੁਲਮ ਕਰੇਂਗਾ ਤੇ ਜੇ ਜ਼ਾਲਮ ਚੜ੍ਹ ਕੇ ਆਵੇਗਾ ਤਾਂ ਗੁਰੂ ਕਾ ਖਾਲਸਾ ਉਹਦਾ ਜਵਾਬ ਦੇਵੇਗਾ ਪਰ ਆਪ ਕਦੇ ਵੀ ਉਹਦੇ ਤੇ ਕਬਜ਼ਾ ਮਾਰ ਕੇ ਨਹੀਂ ਬੈਠੇਗਾ ਤੇ ਇਹੀ ਕਾਰਨ ਸੀ ਕਿ ਦਿੱਲੀ ਨੂੰ ਜਿੱਤ ਕੇ ਕਈ ਵਾਰ ਸਿੰਘ ਛੱਡ ਕੇ ਆਉਂਦੇ ਰਹੇ ਤੇ ਜਿਹੜੇ ਇਹੋ ਜਿਹਿਆਂ ਦੀ ਵਕਾਲਤ ਕਰਦੇ ਨੇ ਤੇ ਜਿਹੜੇ ਇਹੋ ਜਿਹਿਆਂ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਲੋਕਾਂ ਦੀ ਵੀ ਸੋਚ ਕਿੱਡੀ ਕੁ ਹੋਵੇਗੀ ਇਹ ਤੁਸੀਂ ਵੇਖ ਲਓ ਕਿ ਜੇ ਕੱਲ ਨੂੰ ਇਹਨਾਂ ਨੂੰ ਹੁਕਮਰਾਨ ਬਣਾ ਦਿੱਤਾ ਜਾਵੇ ਤੇ ਇਹ ਵੀ ਮੋਦੀ ਨਾਲੋਂ ਘੱਟ ਨਹੀਂ ਹੋਣਗੇ ਕਿ ਜਿਹੜੇ ਆਪਣੇ ਰਾਜ ਨੂੰ ਕਾਇਮ ਰੱਖਣ ਵਾਸਤੇ ਦੂਜਿਆਂ ਨਾਲ ਇਹੋ ਜਿਹਾ سلوਕ ਕਰਨਗੇ ਗੁਰੂ ਕੇ ਲੰਗਰਾਂ ਚੋਂ ਪ੍ਰਸ਼ਾਦੇ ਛਕਣੇ ਗੁਰੂ ਕੇ ਆ ਸਟੇਜਾਂ ਤੇ ਬੋਲਣਾ ਤੇ ਉਹਨਾਂ ਦੇ ਵਿਰੁੱਧ ਬੋਲਣਾ ਜਿਵੇਂ ਮੈਂ ਪਹਿਲਾਂ ਤੁਹਾਡੇ ਨਾਲ ਸਾਂਝ ਕੀਤੀ ਨਾ ਵੀ ਕਾਂ ਜਿਹੜੇ ਬਨੇਰੇ ਤੇ ਬੰਦਾ ਉੱਥੇ ਹੀ ਕਾਂ ਕਾਂ ਕਰਦਾ ਉੱਥੇ ਹੀ ਚੌਂਕੇ 'ਚੋਂ ਟੱਕ ਖਾਂਦਾ ਤੇ ਬਾਹਰੋਂ ਲਿਆ ਕੇ ਗੰਦ ਮੰਦ ਵੀ ਉਸੇ ਚੌਂਕੇ 'ਚ ਸੁੱਟਦਾ ਉਸ ਬਿਰਤੀ ਦੇ ਇਹ ਲੋਕ ਹਨ ਤੇ ਮੈਂ ਇਹਨਾਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਭਾਈ ਜਿੱਡੇਕ ਤੁਸੀਂ ਬੁੱਧੀਜੀਵੀ ਆ ਨਾ ਜਾਂ ਜਿਹੜੇ ਤੁਹਾਡੇ ਢੰਡਰੀਆਂ ਵਾਲੇ ਵਰਗੇ ਤੇ ਹੋਰ ਦੂਜੇ ਤੀਜੇ ਏਡੇ ਇੱਕ ਗਿਆਨਾ ਸੋਂ ਬਣੇ ਫਿਰਦੇ ਤੁਸੀਂ ਦੱਸੋ ਤਾਂ ਸਹੀ ਨਾ ਵੀ ਕਿੱਡੇ ਕਾ ਹਸਪਤਾਲ ਬਣਾਉਂਦੇ ਤੁਸੀਂ ਜਦ ਲੰਗਰਾਂ ਤੋਂ ਮਾਇਆ ਬਚਾ ਕਰਕੇ ਕਿੰਨੇ ਕੁ ਬੱਚਿਆਂ ਨੂੰ ਫ੍ਰੀ ਵਿੱਦਿਆ ਦੇ ਦਿੱਤੀ ਕਿੰਨੇ ਕੁ ਪਾਠੀ ਕਿੰਨੇ ਕੁ ਰਾਗੀ ਸਿੰਘ ਤੁਸੀਂ ਬਣਾ ਦਿੱਤੇ ਜਿਹੜੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਪੜ੍ਹਦੇ ਤੇ ਸੁਣਾਉਂਦੇ ਆ ਕੋਈ ਇੱਕ ਤੇ ਦੱਸੋ ਜਾਂ ਆਪਣੇ ਇਲਾਕੇ 'ਚ ਆਪਣੇ ਲਾਗੇ ਛਾਗੇ ਦੇ ਮੁਹੱਲੇ 'ਚ ਕੋਈ ਦੋ ਵਿਅਕਤੀ ਚਾਰ ਵਿਅਕਤੀ ਕੋਈ ਐਸੇ ਬੱਚੇ ਵੀ ਜਿਨ੍ਹਾਂ ਨੂੰ ਤੁਸੀਂ ਕਿਸੇ ਸਬਜੈਕਟ ਵਿੱਚ ਕਮਜ਼ੋਰ ਹੋਣ ਤੇ ਆਪਣੇ ਗਿਆਨ ਦੇ ਦੁਆਰਾ ਉਹਨਾਂ ਦੀ ਮਦਦ ਕਰ ਦਿੱਤੀ ਹੋਵੇ ਵੀ ਚੱਲ ਪੁੱਤਰ ਮੈਂ ਤੈਨੂੰ ਘੰਟਾ ਪੜ੍ਹਾ ਦਿਆ ਕਰੂੰ ਤੂੰ ਜ਼ਿੰਦਗੀ 'ਚ ਕੁਝ ਬਣ ਜਾਵੇਂ ਦੱਕਾ ਦੇ ਆਪ ਵੀ ਨਹੀਂ ਤੋੜਿਆ ਤੇ ਜੇ ਮਾਇਆ ਦੀ ਗੱਲ ਕਰੀਏ ਤੇ ਲੋਕਾਂ ਤੋਂ ਲੈਣਾ ਤੁਹਾਨੂੰ ਆਉਂਦਾ ਲੋਕਾਂ ਦੇ ਘਰਾਂ 'ਚ ਜਾ ਕੇ ਖਾਣਾ ਤੁਹਾਨੂੰ ਆਉਂਦਾ ਤੇ ਉਹਦੀ ਨਿੰਦਿਆ ਕਰਨੀ ਆਉਂਦੀ ਤੇ ਆਪ 1 ਰੁਪਿਆ ਤੁਸੀਂ ਕਦੇ ਕਿਸੇ ਢਾਲ ਵਾਸਤੇ ਨਹੀਂ ਦੇ ਸਕਦੇ ਗੁਰੂ ਘਰਾਂ ਦੇ ਅੰਦਰ ਲੰਗਰ ਪ੍ਰਸ਼ਾਦੇ ਚੱਲਦੇ ਹੋਣ ਤੇ ਉੱਥੇ ਜਾ ਕੇ ਤੁਸੀਂ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਵੀ ਛਕੋਗੇ ਤੇ ਨਾਲ ਸੰਗਤਾਂ ਨੂੰ ਇਹ ਬਕਵਾਸ ਵੀ ਮਾਰੋਗੇ ਵੀ ਭਾਈ ਇਹ ਪ੍ਰਸ਼ਾਦਿਆਂ ਦੇ ਉੱਪਰ ਮਾਇਆ ਬਹੁਤੀ ਲੱਗ ਗਈ ਏ ਇਹ ਕੰਮ ਕਿਸੇ ਹੋਰ ਪਾਸੇ ਹੋਣਾ ਚਾਹੀਦਾ ਸੀ ਤੇ ਢਿੱਡ ਤੇ ਹੱਥ-ਪੈਰ ਕੇ ਆ ਜਾਓ ਕਿਤੇ ਗਰਮੀਆਂ ਦੇ ਦਿਨਾਂ 'ਚ ਕਿਤੇ ਜਲਦੀ ਸੇਵਾ ਹੋਵੇ ਤੇ ਸਕੂਟਰ ਤੋਂ ਲੱਤ ਲਾ ਕੇ ਤੇਰੇ ਵਰਗੇ ਬਲਕੌਰਸਿਆਂ ਨਾਲੇ ਤੇ ਦੋ ਗਲਾਸ ਪਾਣੀ ਦੇ ਪੀ ਲੈਂਦੇ ਤੇ ਨਾਲੇ ਕਹਿ ਦਿੰਦੇ ਜੀ ਇਹਨਾਂ ਚੀਜ਼ਾਂ ਦੀ ਹੁਣ ਲੋੜ ਨਹੀਂ ਹੁਣ ਸਮਾਂ ਬਦਲ ਗਿਆ ਤੇ ਉਦੋਂ ਸ਼ਰਮ ਆਉਣੀ ਚਾਹੀਦੀ ਤੁਹਾਡੇ ਗਿਆਨ ਨੂੰ ਤੁਹਾਡੀ ਮਤ ਨੂੰ ਤੇ ਤੁਹਾਡੀ ਸਮਝ ਨੂੰ ਜਿਹੜੀਆਂ ਕਿਤਾਬਾਂ ਪੜ੍ਹ ਕੇ ਵੀ ਮੂਰਖੀ ਰਹੋ ਤੇ ਸਤਿਗੁਰੂ ਮਹਾਰਾਜ ਤੇ ਗੁਰਬਾਣੀ ਚ ਅੱਗੇ ਕਹਿੰਦੇ ਆ ਵੀ ਪੜ ਪੜ ਗੱਡੀ ਲੱਦੀਏ ਇਸੇ ਪ੍ਰਕਾਰ ਕਿਤਾਬਾਂ ਦਾ ਬੋਝ ਤੁਹਾਡੇ ਸਿਰ ਤੇ ਪੈ ਗਿਆ ਤੇ ਗਿਆਨ ਹੇਠਾਂ ਦੱਬਿਆ ਗਿਆ ਕਿਤਾਬਾਂ ਪੜ੍ਹਦੀਆਂ ਸੀ ਚਾਰ ਅੱਖਰ ਪੜ੍ਹਨੇ ਸੀ ਤਾਂ ਜੋ ਬੁੱਧ ਉੱਚੀ ਹੁੰਦੀ ਸਮਾਜ ਦੇ ਵਾਸਤੇ ਸੰਸਾਰ ਦੇ ਵਾਸਤੇ ਜਿਹੜੇ ਧਰਮ ਚ ਪੈਦਾ ਹੋਏ ਉਸ ਧਰਮ ਦੇ ਵਾਸਤੇ ਆਪਣੇ ਆਲੇ ਦੁਆਲੇ ਵਾਸਤੇ ਕੁਝ ਕਰ ਸਕਦੇ ਪਰ ਤੁਹਾਡੇ ਦਿਮਾਗ ਦੇ ਉੱਪਰ ਕਿਤਾਬਾਂ ਦਾ ਬੋਝ ਪੈਣ ਕਰਕੇ ਤੁਸੀਂ ਉਸੇ ਗਿਆਨ ਦੇ ਦੁਆਰਾ ਜਿਵੇਂ ਲੋਹੇ ਦਾ ਬਲੇੜ ਲੋਹੇ ਨੂੰ ਕੱਟਦਾ ਨਾ ਲੋਹੇ ਦੀ ਆਰੀ ਇਸੇ ਪ੍ਰਕਾਰ ਜਿਹੜੇ ਧਰਮ ਦੇ ਵਿੱਚ ਜਿਹੜੀ ਕੌਮ ਚ ਤੁਸੀਂ ਪੈਦਾ ਹੋਏ ਹੋ ਤੇ ਗਿਆਨ ਦੀ ਤਲਵਾਰ ਫੜ ਕੇ ਤੁਸੀਂ ਆਪਣੀ ਹੀ ਕੌਮ ਨੂੰ ਵੱਡਣ ਵਾਲੇ ਲੋਕਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨੀ ਸੰਘਰਸ਼ ਦੇ ਨਾਲ ਸੰਬੰਧਿਤ ਸਟੇਜਾਂ ਦੇ ਉੱਪਰ ਜੇਕਰ ਇਹੋ ਜਿਹੀਆਂ ਕਾਰਵਾਈਆਂ ਚੱਲਦੀਆਂ ਰਹੀਆਂ ਤੇ ਬਹੁਤੀ ਦੇਰ ਨਹੀਂ ਗੁਰਮਖੋ ਲੱਗਣੀ ਕਿ ਜਿਹਦੇ ਵਿੱਚ ਪਾਟੋ ਧਾੜ ਪੈ ਜਾਣੀਆਂ ਤੇ ਭਾਵੇਂ ਉਹ ਲਖੇ ਸਿਧਾਣੇ ਵਰਗੇ ਹੋਣ ਦੀਪ ਸਿੱਧੂ ਵਰਗੇ ਹੋਣ ਰਾਜੇਵਾਲ ਵਰਗੇ ਹੋਣ ਤੇ ਚਾਹੇ ਇਹ ਬਕਲੌਰ ਸਿੰਘ ਵਰਗੇ ਹੋਣ ਜਦੋਂ ਵੱਖੋ-ਵੱਖਰੀਆਂ ਸੁਰਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਤੇ ਸਰਕਾਰ ਨੂੰ ਮੌਕਾ ਮਿਲ ਜਾਂਦਾ ਲੋਕਾਂ ਨੂੰ ਪਾੜਨ ਦਾ ਤੇ ਕਿਸਾਨ ਇੰਨੇ ਦਿਨਾਂ ਤੋਂ ਧਰਨਿਆਂ ਤੇ ਬੈਠੇ ਹੋਏ بڑے ਜੋਸ਼ ਦੇ ਵਿੱਚ ਨੇ ਤੇ ਸਿੱਖੀ ਦੇ ਖਿਲਾਫ ਕਦੇ ਵੀ ਕੋਈ ਗੱਲ ਕਦੇ ਬਰਦਾਸ਼ਤ ਨਹੀਂ ਕੀਤੀ ਗਈ ਤੇ ਇੱਕ ਗੱਲ ਆਖਰੀ ਕਹਿ ਕੇ ਮੈਂ ਬੇਨਤੀ ਕਰਦਿਆਂ ਕਿ ਅੱਜ ਤੱਕ ਕੋਈ ਵੀ ਸੰਘਰਸ਼ ਮੈਨੂੰ ਦੱਸ ਦਿਓ ਵੀ ਜਿਹੜਾ ਕਾਮਰੇਟਾਂ ਨੇ ਜਿੱਤਿਆ ਹੋਵੇ ਗੁਰੂ ਦੇ ਸਿਧਾਂਤ ਤੋਂ ਗੁਰੂ ਦੇ ਨਿਸ਼ਾਨ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਹੀ ਤੋਂ ਬਗੈਰ ਕਿਤੇ ਫਤਿਹ ਪਾਈ ਹੋਵੇ ਜੇਕਰ ਪਾਈ ਹੋਵੇ ਤੇ ਜ਼ਰੂਰ ਸਾਥ ਨਾਲ ਸਾਂਝੀ ਕਰ ਦਿਓ ਹੋ ਸਕਦਾ ਮੇਰੇ ਗਿਆਨ 'ਚ ਵੀ ਵਾਧਾ ਹੋ ਜਾਵੇ ਪਰ ਗੁਰੂ ਸਾਹਿਬ ਤੋਂ ਟੁੱਟ ਕੇ ਸਿਧਾਂਤ ਤੋਂ ਟੁੱਟ ਕੇ ਗੁਰੂ ਗ੍ਰੰਥ ਗੁਰੂ ਪੰਥ ਨੂੰ ਪਿੱਛੇ ਰੱਖ ਕੇ ਜਿੰਨਾ ਮਰਜੀ ਅੱਡੀਆਂ ਤੱਕ ਜ਼ੋਰ ਲਾ ਲਿਓ ਕੋਈ ਸੰਘਰਸ਼ ਕਦੇ ਕਾਮਯਾਬ ਨਾ ਹੋਇਆ ਤੇ ਨਾ ਹੋਣਾ ਅੱਜ ਵੀ ਜੇ ਫਤਿਹ ਚਾਹੀਦੀ ਹੈ ਤੇ ਗੁਰੂ ਸਾਹਿਬ ਦੇ ਸਿਧਾਂਤ ਤੇ ਪਹਿਰਾ ਦੇਣਾ ਪੈਣਾ ਨਹੀਂ ਤੇ 6 ਮਹੀਨੇ ਕੀ ਭਾਵੇਂ 2 ਸਾਲ ਹੋਰ ਬੈਠੇ ਰਹੋ ਕਿਸੇ ਪ੍ਰਕਾਰ ਦੀ ਕੋਈ ਗੱਲ ਹੱਥ ਨਹੀਂ ਆਉਣੀ ਜਿਹੜੀ 50% ਜਿੱਤ ਤੁਸੀਂ ਲੋਕਾਂ ਨੂੰ ਕਹਿ ਕੇ ਗੁੰਮਰਾਹ ਕਰ ਰਹੇ ਹੋ ਨਾ ਕਿ ਬਿਜਲੀ ਦੇ ਬਿੱਲ ਮੁਆਫ ਕਰ ਦਿੱਤੇ ਪਰਾਲੀ ਦੇ ਉੱਪਰ ਜਿਹੜਾ ਕਾਨੂੰਨ ਬਣਿਆ ਸੀ ਉਹ ਅਸੀਂ ਰੱਦ ਕਰਾ ਲਿਆ ਭਾਈ ਉਹਦੇ ਜੋ ਬਿੱਲ ਤੇ ਅਜੇ ਲਾਗੂ ਹੀ ਨਹੀਂ ਸੀ ਹੋਏ ਉਹ ਮੰਗ ਕੇ ਇਸ ਗੱਲ ਦੇ ਵਿੱਚ ਆ ਗਈ ਤੇ ਪਰਾਲੀ ਵਾਲਾ ਕਾਨੂੰਨ ਜੇਕਰ ਤੁਸੀਂ ਕਹਿੰਦੇ ਹੋ ਕਿ ਅਸੀਂ ਪਰਚੇ ਜਿਹੜੇ ਸਰਕਾਰ ਨੂੰ ਕਹਿ ਦਿੱਤਾ ਵੀ ਕਿਸਾਨਾਂ ਤੇ ਨਾ ਕੀਤੇ ਜਾਣ ਤੇ ਇਦੋਂ ਝੋਨੇ ਦੀ ਝੜ ਕਿਉਂ ਨਾ ਵੱਢੀ ਝੋਨਾ ਬੀਜਣਾ ਹੀ ਕਿਉਂ ਨਾ ਬੰਦ ਕੀਤਾ ਸਰਕਾਰ ਤੋਂ ਕਿਉਂ ਨਹੀਂ ਇਹ ਆਰਡੀਨੈਂਸ ਜਾਰੀ ਕਰਾਉਂਦੇ ਵੀ ਅੱਜ ਤੋਂ ਬਾਅਦ ਝੋਨੇ ਦੀ ਫਸਲ ਹੀ ਨਹੀਂ ਪੈਦਾ ਕਰਨੀ ਜਿਹਦੇ ਨਾਲ ਪਰਾਲੀ ਦਾ ਅੱਗ ਲਾਉਣ ਦਾ ਧੂੰਏ ਦਾ ਸਾਰੇ ਦਾ ਸਾਰਾ ਜੱਬ ਨਿਬੜ ਜਾਵੇ ਉਹਦੀ ਸਬਸਿਡੀ ਦੀ ਗੱਲ ਨਿਬੜ ਜਾਵੇ ਤੇ ਜਿਹੜੇ ਝੋਨੇ ਨੂੰ ਪਾਣੀ ਦੇਣ ਵਾਸਤੇ ਦਿਨ ਰਾਤ ਮੋਟਰਾਂ ਚਲਾਈਆਂ ਜਾਂਦੀਆਂ ਜਿਨ੍ਹਾਂ ਦੇ ਬਿੱਲ ਮਾਫੀ ਦੀ ਗੱਲ ਕਰਦੇ ਹੋ ਤੇ ਮੋਟਰਾਂ ਚਲਾਉਣ ਦੀ ਲੋੜ ਨ ਦੇ ਉੱਥੇ ਮੰਗ ਤੇ ਇਹ ਹੋਣੀ ਚਾਹੀਦੀ ਸੀ ਨਾ ਵੀ ਸਾਨੂੰ ਮੋਟਰਾਂ ਚਲਾਉਣ ਦੀ ਲੋੜ ਨਹੀਂ ਸਾਨੂੰ ਕਨੈਕਸ਼ਨ ਚਾਹੀਦੇ ਨਹੀਂ ਸਾਨੂੰ ਬਿੱਲ ਮਾਪ ਚਾਹੀਦੇ ਨਹੀਂ ਸਾਨੂੰ ਸਾਡਾ ਨਹਿਰੀ ਪਾਣੀ ਦਿੱਤਾ ਜਾਵੇ ਉਹਨਾਂ ਗੱਲਾਂ ਦੇ ਪਹਿਰਾ ਦੇਣ ਵਾਸਤੇ ਤੇ ਲੱਤਾਂ 'ਚ ਜਾਨ ਹੈ ਨਹੀਂ ਤੇ ਸਰਕਾਰ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਨੂੰ ਸੱਚ ਸਾਬਤ ਕਰਨ ਵਾਸਤੇ ਸੰਘਰਸ਼ ਨੂੰ ਗੁੰਮਰਾਹ ਕੀਤਾ ਜਾ ਰਿਹਾ ਆਉਣ ਵਾਲੇ ਦਿਨਾਂ 'ਚ ਆਪ ਜੀ ਨੂੰ ਇਹਦੀ ਪ੍ਰਤੱਖ ਮਿਸਾਲ ਮਿਲ ਜਾਣੀ ਹੈ ਕਿ 26 ਜਨਵਰੀ ਤੋਂ ਬਾਅਦ ਇਹ ਸੰਘਰਸ਼ ਕਿਹੜਾ ਰੂਪ ਧਾਰਨ ਕਰਦਾ ਸੇਖੀ ਰੂਹ ਬਤਾਉਂ ਸਮਰਫਤੇ ਮਿਲਦੀ ਆ ਜਾਂ ਕਾਮਰੇਟੀ ਸੋਚ ਭਾਰੂ ਹੁੰਦੀ ਆ ਪਰ ਯਾਦ ਰੱਖਿਓ ਅੱਜ ਤੱਕ ਕਦੇ ਵੀ ਗੁਰੂ ਸਿਧਾਂਤ ਤੋਂ ਥੜਕਣ ਵਾਲੇ ਗੁਰੂ ਸਿਧਾਂਤ ਦੇ ਉਲਟ ਬੋਲਣ ਵਾਲੇ ਗੁਰੂ ਕੀ ਮਰਿਆਦਾ ਦੇ ਉਲਟ ਬੋਲਣ ਵਾਲੇ ਕਾਮਯਾਬੀ ਹਾਸਲ ਨਹੀਂ ਕਰ ਸਕੇ ਤੇ ਜਿਹੜੇ ਕਹਿੰਦੇ ਕਿ ਭਾਈ ਧਾਰਮਿਕ ਸਿੱਖੀਆਂ ਤਾਂ ਆ ਕੇ ਧਾਰਮਿਕ ਰੰਗ ਦਿੰਦੀਆਂ ਆ ਧਰਮ ਦੀ ਗੱਲ ਕਰਦੀਆਂ ਆ ਤੇ ਧਾਰਮਿਕ ਲੋਕਾਂ ਦੀ ਇਹ ਡਿਊਟੀ ਬਣਦੀ ਆ ਕਿ ਧਰਮ ਦੀ ਗੱਲ ਕਰਨੀ ਗ੍ਰੰਥ ਦੀ ਗੱਲ ਕਰਨੀ ਪੰਥ ਦੀ ਗੱਲ ਕਰਨੀ ਗੁਰੂ ਸਿਧਾਂਤ ਦੀ ਗੱਲ ਕਰਨੀ ਤੇ ਤੁਹਾਡੇ ਵਾਂਗੂ ਭਾਵੇਂ ਜਿਵੇਂ ਰਾਜੇਵਾਲ ਸਾਹਿਬ ਕਹਿੰਦੇ ਜੀ ਮੈਂ ਨਿਤਨੇਮੀ ਵੀ ਆ ਤੇ ਮੈਂ ਕਿਰਪਾਨ ਵੀ ਪੋਣਾ ਪਰ ਤੁਹਾਡੀ ਬੋਲੀ ਦੇ ਵਿੱਚੋਂ ਗੁਰੂ ਦਾ ਪਿਆਰ ਗੁਰੂ ਦਾ ਸਤਿਕਾਰ ਘੱਟ ਨਿਦਰੀ ਆਉਂਦਾ ਆਪਣੀ ਹਉਮੈ ਆਪਣੀ ਬੜਾ ਤਬੋਤੀ ਨਜ਼ਰ ਆਉਂਦੀ ਹੈ ਜੀ ਅਸੀਂ ਤੇ ਬਹੁਤ ਪੂਰਾ ਸੰਘਰਸ਼ ਲੜਿਆ ਤੇ ਜਿਨ੍ਹਾਂ ਨੇ ਪੂਣੀ ਨਹੀਂ ਕੀਤੀ ਉਹ ਆ ਕੇ ਵਿੱਚ ਸੰਘਰਸ਼ ਦੇ ਜਿਹੜਾ ਆ ਉਹ ਮੋਢੀ ਬਣਨ ਨੂੰ ਫਿਰਦੇ ਨੇ ਇਥੋਂ ਇਹ ਪਤਾ ਲੱਗਦਾ ਵੀ ਮਨ ਦੇ ਅੰਦਰ ਲਾਲਸਾ ਹੈ ਵੀ ਬਾਗਡੂਰ ਸਾਡੇ ਕੋਲ ਰਵੇ ਮੋਢੀ ਅਸੀਂ ਰਹੀਏ ਕੋਈ ਹੋਰ ਆ ਕੇ ਕਿਤੇ ਸਾਡੀ ਕੁਰਸੀ ਨੂੰ ਹੱਥ ਨਾ ਪਾ ਲੈ ਤੇ ਜਿੰਨੀ ਦੇਰ ਤੱਕ ਇਹੋ ਜਿਹਾ ਲਾਲਚ ਰਹਿਣਗੇ ਪਾਵੇਂ ਉਹ ਗ੍ਰਾਹਕਾ ਸਾਹਿਬ ਹੋਣ ਤੇ ਭਾਵੇਂ ਤੁਸੀਂ ਹੋਵੋ ਇਹ ਫਦੇ ਕਦੇ ਵੀ ਮਿਲਣੀ ਨਹੀਂ ਹੁਣ ਕੋੜਕੈਲੀ ਵਾਲੀ ਹਾਲਤ ਹੋਈ ਹੈ ਬੇ ਸਰਕਾਰ ਅੱਗੋਂ ਕੁਝ ਦੇ ਨਹੀਂ ਰਹੀ ਤੇ ਲੋਕ ਪਿੱਛੇ ਮੁੜਨ ਨਹੀਂ ਦੇ ਰਹਾ ਇਸੇ ਕਰਕੇ ਮਜਬੂਰੀ ਤੁਹਾਨੂੰ ਬਹਿਣਾ ਪੈ ਰਿਹਾ ਨਹੀਂ ਤੇ ਹੁਣ ਤੱਕ ਕਦੋਂ ਦੇ ਝੋਲੇ ਚੱਕ ਕੇ ਤੁਸੀਂ ਘਰਾਂ ਨੂੰ ਵਾਪਸ ਆ ਜਾਣਾ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਦੇ ਪ੍ਰਥਾਏ ਕੁਝ ਇੱਕ ਹੋਰ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਏਕਾ ਤੇ ਇਤਿਫਾਕ ਗੁਰਮੁਖੋ ਸਾਰੇ ਗੱਲ ਕਹਿੰਦੇ ਨੇ ਸੋ ਮੈਂ ਆਪਣੀ ਵੀਡੀਓ 'ਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਇਹਦਾ ਕਾਰਨ ਇਹ ਆ ਵੀ ਏਕਾ ਤੇ ਇਤਿਫਾਕ ਉੱਥੇ ਹੁੰਦਾ ਜਦੋਂ ਇੱਕ ਦੂਜੇ 'ਤੇ ਭਰੋਸਾ ਹੋਵੇ ਤੇ ਇੱਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਹੋਵੇ ਜਦੋਂ ਅਸੀਂ ਆਪਣੀ ਗੱਲ ਮਨਾਉਣੀ ਹੈ ਆਪਣੀ ਮਰਜ਼ੀ ਕਰਨੀ ਹੈ ਉਦੋਂ ਏਕਾ ਤੇ ਇਤਿਫਾਕ ਨਹੀਂ ਹੁੰਦਾ ਸੋ ਜਿੰਨੀਆਂ ਮਰਜ਼ੀ ਹੈ ਕਿ ਇਤਿਫਾਕ ਦੀਆਂ ਦੁਹਾਈਆਂ ਦੇਈ ਜਾਣ ਇਕੱਠੇ ਰਹੋ ਜੀ ਇਕੱਠੇ ਰਹਿ ਕੇ ਕੰਮ ਕਰੀਏ ਪਰ ਜਦੋਂ ਅਸੀਂ ਸਤਕਾਰ ਕਰਨਾ ਨਹੀਂ ਸਿੱਖਦੇ ਉਨੀ ਦੇਰ ਤੱਕ ਸਾਡਾ ਸਤਕਾਰ ਨਹੀਂ ਹੋਣਾ ਤੇ ਬਾਰ ਬਾਰ ਸਿੱਖ ਧਰਮ ਨੂੰ ਸਿੱਖ ਪਰੰਪਰਾਵਾਂ ਨੂੰ ਸਟੇਜਾਂ ਤੋਂ ਜਦੋਂ ਤੁਸੀਂ ਛੇੜੋਗੇ ਉਹਨਾਂ ਦੇ ਪਰਥਾਏ ਬੋਲੋਗੇ ਤੇ ਇੱਕ ਆਧਵਾਕ ਫਿਰ ਬਹੁਤੀ ਦੇਰ ਕਾਇਮ ਨਹੀਂ ਰਹਿੰਦਾ ਸੋ ਇਹਨਾਂ ਹੀ ਬਚਨਾਂ ਨਾਲ ਤੁਹਾਡੇ ਤੋਂ ਅੱਗੇ ਲਵਾਂ ਜੀ ਤੇ ਬਲਕੌਰ ਸਿੰਘ ਵਰਗੇ ਤੇ ਹੋਰ ਦੂਜੇ ਤੀਜੇ ਜਿਹੜੇ ਭ੍ਰਮ ਗਿਆਨੀ ਨੇ ਜਿਨ੍ਹਾਂ ਨੂੰ ਬਹੁਤਾ ਗਿਆਨ ਚੜਿਆ ਕੁਝ ਨਿਕਲ ਕੇ ਬਾਹਰ ਕਰਨ ਆਪਣੀ ਜੇਬ ਚੋਂ ਕੋਈ ਥੇਲਾ ਖਰਚਣ ਤੇ ਕਿਸੇ ਦੀ ਮਦਦ ਕਰਨ ਤੇ ਫਿਰ ਜਾ ਕਰਕੇ ਲੋਕਾਂ ਨਾਲ ਗੱਲ ਕਰਨ ਬਗਾਨੀਆਂ ਸਟੇਜਾਂ ਦੇ ਉੱਪਰ ਸ਼ੇਰ ਬਣ ਕੇ ਗਿਆਨ ਦੇਣ ਦੀ ਜ਼ਰੂਰਤ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ